ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਭੱਟੀ ਮੌਜੂਦ ਨੇ। ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਸ਼ੁਰੂਆਤ ਹੋਈ, ਉਹਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੇ ਇੱਕ ਮਸਲਾ ਉਭਾਰਿਆ, ਉਹਨੂੰ ਨਿੱਜੀ ਕਹਿ ਲਓ ਜਾਂ ਜਿਸ ਵੀ ਢੰਗ ਨਾਲ ਜਾਂ ਪਿਕ ਐਂਡ ਚੂਜ਼ ਕਹਿ ਲਓ। ਜਦੋਂ ਉਹਨੂੰ ਸਾਹਮਣੇ ਲਿਆ ਕੇ ਰੱਖਿਆ ਤਾਂ ਕੁੰਵਰ ਵਿਜੇ ਪ੍ਰਤਾਪ ਨੂੰ ਸੰਬੋਧਨ ਹੋ ਕੇ ਕਿਹਾ ਕਿ ਤੁਸੀਂ ਦੱਸੋ ਕੀ ਹੱਲ ਕਰੀਏ। ਉਹਤੋਂ ਸ਼ੁਰੂਆਤ ਕਰਾਂਗੇ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਅੰਦਰ ਕੀ ਕੋਈ ਖਾਨਾ ਜੰਗੀ ਉੱਭਰ ਕੇ ਸਾਹਮਣੇ ਆ ਰਹੀ ਹੈ, ਜਾਂ ਸਪੀਕਰ ਸਾਹਿਬ ਦੀ ਵੀ ਕੋਈ ਸੁਣਵਾਈ ਨਹੀਂ ਕਰਦਾ, ਆਖਿਰਕਾਰ ਚੱਲ ਕੀ ਰਿਹਾ। ਕਿਸਾਨ ਵੀ ਇਹਨਾਂ ਦੀਆਂ ਬਰੂਹਾਂ ਤੇ ਆਏ ਬੈਠੇ ਨੇ, ਕਰੀਬ 1000 ਕਿਸਾਨ ਜਿਹੜੇ ਨੇ ਜਥਾ ਬਣਾ ਕੇ ਮਟਕਾ ਚੌਂਕ ਤੱਕ ਪਹੁੰਚੇ, ਮੰਗ ਪੱਤਰ ਦਿੱਤਾ ਖੇਤੀ ਨੀਤੀ ਦਾ, ਉਹ ਵੀ ਮਸਲਾ ਵਿਚਾਰਨ ਯੋਗ ਹੈ। ਪੰਜਾਬੀ ਗਾਇਕ ਏਪੀ ਢਿੱਲੋਂ ਦੇ ਕੈਨੇਡਾ ਦੇ ਵੈਨਕੂਵਰ ਸਥਿਤ ਘਰ ਦੇ ਉੱਤੇ ਫਾਇਰਿੰਗ ਹੋਈ ਆ, ਉਹਨੂੰ ਲਾਰੈਂਸ ਬਿਸ਼ਨੋਈ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਬੀਤੇ ਚ ਉਹਨੇ ਇੱਕ ਗਾਣਾ ਸਲਮਾਨ ਖਾਨ ਦੇ ਨਾਲ ਸ਼ੂਟ ਕੀਤਾ ਤੇ ਉਹ ਚੱਲ ਰਿਹਾ ਮੀਡੀਆ ਦੇ ਵਿੱਚ, ਤੇ ਕੀ ਉਹਨੂੰ ਆਧਾਰ ਬਣਾਇਆ ਗਿਆ ਜਾਂ ਕੀ ਕਾਰਨ ਹੋ ਸਕਦੇ ਨੇ। ਵੈਸੇ ਉਹਨੂੰ ਬਹੁਤ ਵੱਡੇ ਪੱਧਰ ਤੇ ਕਿ ਗੋਲਡੀ ਬਰਾੜ ਦਾ ਵੀ ਇਹਦੇ ਪਿੱਛੇ ਕੋਈ ਹੱਥ ਹੋ ਸਕਦਾ, ਇਹ ਮੀਡੀਆ ਰਿਪੋਰਟਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ। ਪ੍ਰਤਾਪ ਸਿੰਘ ਬਾਜਵਾ ਜਿਹੜੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ, ਉਹਨਾਂ ਨੇ ਕਿਹਾ ਕਿ ਕੀ ਲਾਰੈਂਸ ਬਿਸ਼ਨੋਈ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਕੋਈ ਕਾਰਵਾਈ ਅੱਗੇ ਉਹਨਾਂ ਅਫਸਰਾਂ ਦੀ ਜਵਾਬਦੇਹੀ ਤੈਅ ਕਰਨਾ ਜਾਂ ਉਹਨਾਂ ਨੂੰ ਬਰਖਾਸਤ ਕਰਨ ਦੀ ਗੱਲ ਜਾਂ ਕੋਈ ਹੋਰ ਵੱਡੇ ਪੱਧਰ ਤੇ ਕਾਰਵਾਈ ਕਰੇਗੀ, ਕਿ ਹੁਣ ਤਾਂ ਸਾਰਾ ਕੁਛ ਹਾਈਕੋਰਟ 'ਚ ਨਸ਼ਰ ਹੋ ਚੁੱਕਿਆ, ਇਹੋ ਜਿਹੇ ਮਾਮਲੇ ਨੂੰ ਅੱਗੇ ਵਧਾਵਾਂਗੇ। ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ ਸੁਖਵਿੰਦਰ ਜੀ। ਸਤਿ ਸ੍ਰੀ ਅਕਾਲ ਸਰੋਤਿਆਂ, ਦਰਸ਼ਕਾਂ, ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਿਆ ਤੁਸੀਂ ਵੀ ਹੋਣਾ ਸ਼ਾਇਦ ਦਰਸ਼ਕਾਂ 'ਚ ਉਹ ਗੱਲ ਬਹੁਤੇ ਵੱਡੇ ਪੱਧਰ ਤੇ ਹਾਲੇ ਤੱਕ ਨਾ ਪਹੁੰਚੀ ਹੋਵੇ, ਪਰ ਪਹੁੰਚਣੀ ਜ਼ਰੂਰੀ ਹੈ ਕਿਉਂਕਿ ਵਿਧਾਨ ਸਭਾ ਦਾ ਲਾਈਵ ਸੈਸ਼ਨ ਚੱਲਿਆ। ਮੈਂ ਚਾਹਾਂਗਾ ਕਿ ਉੱਥੋਂ ਹੀ ਸ਼ੁਰੂਆਤ ਕਰਦੇ ਹਾਂ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਦਾ ਜਵਾਬ ਕਿ ਸਰਕਾਰ ਜਿਹੜੀਆਂ ਜਾਂ ਫਿਰ ਸਰਕਾਰਾਂ ਜਿਹੜੀਆਂ ਨੇ ਉਹ ਮਾਫੀਆ ਰਨ ਕਰਦਾ, ਜਿਹੜੇ ਮਤਲਬ ਕਿ ਉਹ ਕਹਿੰਦੇ ਕਿ ਜਿਸ ਢੰਗ ਦੇ ਨਾਲ ਇਹ ਸਭ ਕੁਛ ਹੋ ਰਿਹਾ ਹੈ, ਜਿਹੜਾ ਸਵਾਲ ਉਹਨਾਂ ਦੇ ਸਾਹਮਣੇ ਕੁਲਤਾਰ ਸਿੰਘ ਸੰਧਵਾਂ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ, ਉਹਨਾਂ ਨੇ ਰੱਖਿਆ ਕਿ ਜੀ ਇੱਕ ਮਾਮਲਾ ਹੈ ਉਹਦੇ ਵਿੱਚ ਇੱਕ ASI ਜਿਹੜਾ ਉਹ ਸਿੱਧੇ ਤੌਰ ਦੇ ਉੱਤੇ ਰਿਸ਼ਵਤ ਲੈਂਦਾ। ਡਾਕਟਰ ਸਾਹਿਬ, ਇਹਨੂੰ ਥੋੜਾ ਖੋਲ ਕੇ ਇਸ ਮਾਮਲੇ ਨੂੰ ਤੇ ਗਾਹ ਗਾਹ ਧੋ ਰਹੇ ਹੋ ਕਿ ਆਖਿਰਕਾਰ ਸਰਕਾਰ 'ਚ ਚੱਲ ਕੀ ਰਿਹਾ ਤੇ ਜਿਹੜਾ ਮਾਫੀਏ ਦਾ ਦਾਅਵਾ ਇਹਨਾਂ ਨੇ ਕੀਤਾ ਉਹਦੇ 'ਚ ਕਿੰਨੀ ਕੁ ਸੱਚਾਈ ਹੈ, ਤੱਥਾਂ ਦੇ ਆਧਾਰ ਤੇ ਸਮਝੀਏ ਜਾਂ ਸਰਕਾਰ ਜਾਂ ਸਰਕਾਰਾਂ ਦੇ ਪੱਧਰ ਤੇ ਸਮਝੀਏ। ਸੁਖਵਿੰਦਰ ਜੀ, ਦੇਖੋ, ਇੱਕ ਤਾਂ ਆਪਣੇ ਆਪ 'ਚ ਮੇਰੇ ਖਿਆਲ ਅਨਪ੍ਰੈਸੀਡੈਂਟਡ ਗੱਲ ਹੋਈ ਹੈ ਇਹ ਕਿ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਨੂੰ ਸ਼ਿਕਾਇਤ ਕਰਨੀ ਪਈ ਕਿਸਮ ਨਾਲ, ਜਾਂ ਰਹਿ ਲਈ ਉਹਨਾਂ ਨੇ, ਉਹਨਾਂ ਦੀ ਪਾਰਟੀ ਦੇ MLA ਨੇ, ਸੀਨੀਅਰ ਪੁਲਿਸ ਅਫੀਸਰ ਰਹੇ ਨੇ, ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਦੱਸੋ ਵੀ ਇੱਦਾਂ ਦੇ ਕੇਸ ਦੇ ਵਿੱਚ ਫਿਰ ਕੀ ਹੋ ਸਕਦਾ ਜਾਂ ਕੀ ਕਰਨਾ ਚਾਹੀਦਾ, ਕਿਉਂਕਿ KSI ਉਹਦਾ ਨਾਮ ਬੋਹੜ ਸਿੰਘ ਦੱਸਿਆ ਉਹਨਾਂ ਨੇ, ਉਹਨੇ ਕਿਸੇ ਗੈਂਗਸਟਰ ਤੋਂ ਬੈਂਕ ਦੇ ਰਾਹੀਂ ਰਿਸ਼ਵਤ ਲੈ ਲਈ, ਮਤਲਬ ਔਨ ਰਿਕਾਰਡ, ਜਿਵੇਂ ਇੱਕ ਤਾਂ ਹੁੰਦਾ ਨਾ ਵੀ ਲੁਕੇ ਛਿਪੇ ਅੰਡਰ ਹੈਂਡ ਟੇਬਲ ਦੇ ਹੇਠਾਂ ਕਹਿੰਦੇ ਹੁੰਦੇ ਸੀ, ਮਤਲਬ ਟੇਬਲ ਦੇ ਉੱਪਰ ਬੈਠ ਕੇ ਮਤਲਬ ਲੈ ਲਈ ਤੇ ਰਿਕਾਰਡ ਦੇ ਤੌਰ ਤੇ ਬਣਾ ਦਿੱਤੀ, ਮਤਲਬ ਕੋਈ ਉਹ ਕਹਿੰਦੇ ਵੀ ਸੰਗ ਸ਼ਰਮ ਕੋਈ ਰਹੀ ਹੋਈ ਨਹੀਂ ਵੀ ਇਹਦੇ 'ਚ ਸਜ਼ਾ ਕੀ ਹੈ। ਇੱਕ ਤਾਂ ਉਹਨਾਂ ਨੇ ਇਹ ਪੁੱਛਿਆ ਉਹਨਾਂ ਨੂੰ, ਕੁੰਵਰ ਵਿਜੇ ਪ੍ਰਤਾਪ ਜੀ ਨੂੰ। ਫਿਰ ਉਹਨਾਂ ਨੇ ਗੱਲ ਕਰਦੇ ਹੋਏ ਉਹਨਾਂ ਨੇ ਦੱਸਿਆ ਵੀ ਚਲੋ ਪੁਲਿਸ ਦੇ ਵਿੱਚ ਇਸ ਤਰ੍ਹਾਂ ਨੈਕਸਸ ਬਣ ਜਾਂਦੇ ਨੇ, ਕਿਵੇਂ ਤੋੜੇ ਜਾ ਸਕਦੇ ਨੇ, ਪਰ ਅਸਲੀ ਗੱਲ ਜਿਹੜੀ ਉਹਨਾਂ ਨੇ ਕਹੀ, ਜਿਹੜੀ ਕਿ ਮੇਰਾ ਖਿਆਲ ਬਹੁਤ ਹੀ ਸਿਗਨੀਫਿਕੈਂਟ ਹੈ, ਉਹ ਕਹਿੰਦੇ ਵੀ ਮੈਂ 2006 ਤੋਂ ਲਗਭਗ ਵਿਧਾਨ ਸਭਾ ਨੂੰ ਦੇਖਦਾ ਆ ਰਿਹਾ, ਸਰਕਾਰਾਂ ਦੇ ਵਿੱਚ ਵੀ ਸ਼ਾਮਿਲ ਰਿਹਾ, ਸੀਨੀਅਰ ਅਫੀਸਰ ਵੀ ਹੋ ਰਹੇ ਨੇ ਪੁਲਿਸ ਦੇ। ਉਹ ਕਹਿੰਦੇ ਵੀ ਸਰਕਾਰਾਂ ਦਾ ਜਿਹੜਾ ਕੰਮ ਹੈ ਉਹ ਰਨ ਕਰਦਾ ਮਾਫੀਆ,
ਮਤਲਬ ਔਰਗੇਨਾਈਜ਼ਡ ਮਾਫੀਆ ਉਹਨੂੰ ਰਨ ਕਰਦਾ ਹੈ, ਵਿੱਚ ਮੀਨਸ ਕਿ ਜਿਹੜੀ ਕਰਪਸ਼ਨ ਹੈ ਅਸਲ ਦੇ ਵਿੱਚ, ਉਹ ਤਾਂ ਮਾਫੀ ਦਾ ਇੱਕ ਤਰੀਕਾ ਹੈ ਨਾ। ਮਤਲਬ ਇਹ ਹੈ ਕਿ ਗੌਰਮੈਂਟਾਂ ਜਿਹੜੀਆਂ ਸਾਨੂੰ ਦਿਖਦੀਆਂ ਨੇ ਇਹ ਗੌਰਮੈਂਟਾਂ ਨਹੀਂ ਹਨ, ਗੌਰਮੈਂਟ ਨੂੰ ਚਲਾਉਣ ਵਾਲੇ ਹੱਥ ਕੋਈ ਹੋਰ ਨੇ। ਪਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਮੈਨੂੰ ਖੁੱਲ੍ਹ ਕੇ ਤੁਸੀਂ ਮੌਕਾ ਦਿਓ ਵੀ ਮੈਂ ਅੰਮ੍ਰਿਤਸਰ ਦੇ ਸੀਵਰੇਜ ਬਾਰੇ, ਬਰਗਾੜੀ ਦੇ ਮਸਲੇ ਬਾਰੇ, ਕਿਸਾਨਾਂ ਬਾਰੇ ਵੀ ਮੈਂ ਮੰਗ ਕੀਤੀ ਹੈ। ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਉਹਨਾਂ ਨੇ ਬੇਅਦਬੀ ਦੇ ਮੁੱਦੇ ਤੇ ਬੋਲਣ ਦੇ ਲਈ ਟਾਈਮ ਮੰਗਿਆ ਸੀ, ਨਹੀਂ ਸੀ ਮਿਲਿਆ। ਇਹ ਥੋੜ੍ਹੀ ਜਿਹੜੀ ਤੁਸੀਂ ਇਸ਼ਾਰਾ ਕੀਤਾ ਹੈ ਕਿ ਸੰਧਵਾਂ ਸਾਹਿਬ ਸਵਾਲ ਪੁੱਛਦੇ ਨੇ, ਕੰਵਰ ਵਿਜੇ ਪ੍ਰਤਾਪ ਜੀ ਜਵਾਬ ਦਿੰਦੇ ਨੇ, ਉਹਦੇ ਤੋਂ ਇੱਕ ਗੱਲ ਨਜ਼ਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਵੀ ਝਾੜੂ ਚੱਲ ਰਿਹਾ। ਪਤਾ ਨਹੀਂ ਉਹ ਕਿਹਦਾ ਝਾੜੂ ਕਿਹਦੇ 'ਤੇ ਚੱਲੇ, ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਪਰ ਗੱਲ ਇਹ ਹੈ ਕਿ ਅੰਦਰ ਸਭ ਕੁਛ ਸੁੱਖ ਸ਼ਾਂਤੀ ਵਾਲਾ ਨਹੀਂ ਹੈ। ਇਹ ਗੱਲਾਂ ਉਹ ਨੇ ਕਿ ਜਿਹੜੀਆਂ ਚੁਰਸਤੇ 'ਚ ਕਰਨ ਵਾਲੀਆਂ ਨਹੀਂ ਹੁੰਦੀਆਂ, ਘੱਟੋ ਘੱਟ ਇਨਰ ਪਾਰਟੀ ਜਿਹੜੀਆਂ ਗੱਲਾਂ ਨੇ ਉਹ ਪਾਰਟੀ ਦੇ ਵਿੱਚ ਹੀ ਬੈਠ ਕੇ ਹੁੰਦੀਆਂ। ਕੰਵਰ ਵਿਜੇ ਪ੍ਰਤਾਪ ਜੀ ਆਪਾਂ ਬੜੇ ਸਮੇਂ ਤੋਂ ਦੇਖ ਰਹੇ ਹਾਂ ਕਿ ਬਿਲਕੁਲ ਉਹਨਾਂ ਨੂੰ ਇਹਨਾਂ ਨੇ ਮਤਲਬ ਅਛੂਤ ਕਰਾਰ ਦਿੱਤਾ ਹੋਇਆ ਹੈ ਕਿ ਉਹਨਾਂ ਨਾਲ ਕਿਸੇ ਹੋਰ ਦੀ ਕੋਈ ਗੱਲ ਨਹੀਂ, ਪਰ ਉਹ ਆਪਣੇ ਮੁੱਦੇ ਚੱਕਦੇ ਰਹਿੰਦੇ ਨੇ। ਪਿਛਲੇ ਦਿਨੀ ਉਹ ਸੁਨੀਤਾ ਕੇਜਰੀਵਾਲ ਜੀ ਨੂੰ ਵੀ ਮਿਲ ਕੇ ਆਏ। ਸੰਧਵਾਂ ਸਾਹਿਬ ਦਾ ਵੀ ਜਿਸ ਤਰ੍ਹਾਂ ਦੀਆਂ ਕਣਸੋਆਂ ਆ ਰਹੀਆਂ ਨੇ, ਉਹ ਵੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਜੀ ਆਪਣਾ ਛੱਲਾ ਗਾ ਰਹੇ ਨੇ, ਉਹਨਾਂ ਦੀ ਤਰਜ਼ ਵੀ ਇਹਨਾਂ ਨਾਲ ਨਹੀਂ ਰਲਦੀ। ਉਹ ਵੀ ਮਤਲਬ ਵਿੱਚ ਦੀ ਕਿਤੇ ਨਾ ਕਿਤੇ ਇਹਨਾਂ ਦੇ ਹਾਰਮੋਨੀਅਮ 'ਚ ਤਬਲਾ ਖੜਕਾ ਜਾਂਦੇ ਨੇ ਕਿਤੇ ਨਾ ਕਿਤੇ। ਸੋ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਾਂ ਨੂੰ ਦਿਖ ਜੂਗੀ ਗੱਲ, ਕਿਉਂਕਿ ਬੇਚੈਨੀ ਬਹੁਤ ਜ਼ਿਆਦਾ ਹੈ, ਬੇਚੈਨੀ ਆਮ ਪਾਰਟੀ ਦੇ MLA 'ਚ ਵੀ ਬਹੁਤ ਜ਼ਿਆਦਾ। ਪਿਛਲੇ ਦਿਨ ਤੁਹਾਨੂੰ ਬਤਾਉਣਾ, ਜਿਹੜਾ ਬਹੁਤ ਹੀ ਵੋਕਲ ਸਪੋਰਟਰ ਸੀ ਮਾਨ ਸਾਹਿਬ ਦਾ ਗੁਰਪ੍ਰੀਤ ਗੋਗੀ, ਉਹਨੇ ਆਪਣਾ ਪੱਥਰ ਹੀ ਲੱਗਿਆ ਹੋਇਆ ਪੱਟਣਾ ਪੈ ਗਿਆ ਸੀ ਉਹਨੂੰ। ਲੋਕ ਨੇ ਜਿਹੜੇ ਮਜ਼ਾਕ ਕਰਨ ਲੱਗ ਗਏ ਨੇ ਉਸ ਤਰੀਕੇ ਦੇ ਨਾਲ ਜਿੱਦਾਂ ਦਾ ਬਦਲਾਅ ਆਇਆ। ਸੋ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਜ਼ਿਆਦਾ ਦੇਰ ਇਕੱਠ ਨਹੀਂ ਚੱਲ ਸਕਣਾ, ਜ਼ਿਆਦਾ ਦੇਰ ਢੱਕਿਆ ਨਹੀਂ ਰਹਿ ਸਕਣਾ ਇਹ ਕੰਮ। ਹੋ ਸਕਦਾ ਹੈ ਕਿ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਨੇ ਉਹਨਾਂ ਤੋਂ ਪਹਿਲਾਂ ਅਤੇ ਹਰਿਆਣੇ ਦੀ ਇਲੈਕਸ਼ਨ ਜਾਂ JNK ਵਾਲੀ ਤੋਂ ਬਾਅਦ ਖੜਕਾ ਦੜਕਾ ਹੋਊਗਾ ਜ਼ਰੂਰ, ਕਿਉਂਕਿ ਸਫੋਕੇਸ਼ਨ ਬਹੁਤ ਹੈ। ਇਨਰ ਪਾਰਟੀ ਡੈਮੋਕ੍ਰੇਸੀ ਲਗਭਗ ਜ਼ੀਰੋ ਹੈ, ਸਿਰਫ ਕੁਛ ਬੰਦੇ ਮਤਲਬ ਚਲਾ ਰਹੇ ਨੇ ਜਿਹੜੇ ਕਿ ਬਿਲਕੁਲ ਦੂਜਿਆਂ ਨੂੰ ਕੁਛ ਨਹੀਂ ਸਮਝ ਰਹੇ। ਕੁਛ ਉੱਦਾਂ ਕਿ ਉਹਦੀ ਉਹ ਇੱਕ ਅਫਸਰਾਂ ਦੀ ਕੋਟਰੀ ਇਰਦ ਗਿਰਦ ਬਣ ਗਈ ਹੈ, ਮਤਲਬ ਜਿਵੇਂ ਇੱਕ ਛੋਟਾ ਜਿਹਾ ਕਲਿੱਕ ਸਾਰਾ ਕੁਛ ਰਨ ਕਰ ਰਿਹਾ ਹੁੰਦਾ, ਬਾਕੀ ਸਾਰੇ ਬੰਦੇ ਇਰਰੇਲੀਵੈਂਟ ਮਹਿਸੂਸ ਕਰ ਰਹੇ ਨੇ। ਤੁਹਾਨੂੰ ਪਤਾ ਹੋਣਾ ਕਿ ਉਹ ਜਿਹੜੇ ਸੀਨੀਅਰ ਦਿੱਲੀ ਵਾਲੇ ਨੇ ਜਿਹੜੇ, ਉਹ ਪਹਿਲਾਂ ਉਹ ਵੀ ਕਰਦੇ ਰਹੇ ਨੇ ਕੋਸ਼ਿਸ਼ਾਂ, ਪਰ ਹੁਣ ਇਹ ਹੈ ਕਿ ਹਾਲਾਤ ਕਾਫੀ ਅੱਗੇ ਵੱਧ ਚੁੱਕੀ ਹੈ ਮੇਰਾ ਖਿਆਲ ਹੈ। ਪਰ ਬਹੁਤ ਸਾਰੇ MLA ਸ਼ਿਕਾਇਤਾਂ ਵੀ ਕਰੇ ਆਏ ਨੇ ਉਹ ਕੇਜਰੀਵਾਲ ਸਾਹਿਬ ਦੇ ਅੰਦਰ ਹੋਣ ਕਰਕੇ। ਮੇਰਾ ਖਿਆਲ ਹੈ ਵੀ ਉਹ ਜਿਹੜਾ ਦਿੱਲੀ ਵਾਲਾ ਕਲਿੱਕ ਸੀਗਾ, ਉਹਨਾਂ ਦਾ ਆਇਰਨ ਹੈਂਡ ਸੀ, ਉਹ ਟੁੱਟ ਗਿਆ। ਉਹ ਵੀ ਕਲਿੱਕ ਹੀ ਸੀ ਬੇਸਿਕਲੀ, ਤਾਂ ਕੋਈ ਭਗਵੰਤ ਮਾਨ ਨੂੰ ਪੂਰੀ ਤਰ੍ਹਾਂ ਨਹੀਂ ਸੀ ਚੱਲਣ ਦਿੰਦੇ। ਪਰ ਹੁਣ ਕਿਉਂਕਿ ਖੁੱਲੀ ਛੁੱਟੀ ਮਿਲ ਗਈ ਇਹਨਾਂ ਨੂੰ, ਇਹਨਾਂ ਨੇ ਅੱਗੇ ਖੁੱਲੀ ਛੁੱਟੀ ਮਤਲਬ ਆਪਣੇ ਕੁਛ ਅਫਸਰਾਂ ਨੂੰ ਦਿੱਤੀ ਹੋਈ ਹੈ। ਮਤਲਬ ਬਿਊਰੋਕਰੇਸੀ ਦੇ ਵਿੱਚ IAS ਅਤੇ IPS ਦੇ ਵਿੱਚ ਬਹੁਤ ਜ਼ਿਆਦਾ ਬੇਚੈਨੀ, ਬਹੁਤ ਜ਼ਿਆਦਾ ਗੁੱਸਾ ਹੈ। ਪਹਿਲਾਂ ਤਾਂ ਉਹ ਬਹੁਤ ਡਰੇ ਲੁਕੇ ਛਿਪੇ ਰਹੇ, ਜਿਵੇਂ ਹੁੰਦਾ ਨਾ ਕਿ ਬਹੁਤ ਕੋਈ ਕਾਰਗਰ ਘੋੜਾ ਹੋਵੇ ਉਹਨੂੰ ਮਾੜਾ ਸਵਾਰ ਟੱਕਰ ਜਾਵੇ ਨਾ, ਉਹ ਫਿਰ ਜਾਂ ਤਾਂ ਸਵਾਰ ਨੂੰ ਸਿੱਟ ਲੈਂਦਾ ਜਾਂ ਸਵਾਰ ਮਤਲਬ ਉਹਨੂੰ ਸਿੱਟ ਲੈਂਦਾ, ਕੋਈ ਨਾ ਕੋਈ ਤਰੀਕਾ ਹੁੰਦਾ ਹੀ ਹੈ। ਬਿਊਰੋਕਰੇਸੀ ਹੁਣ ਬੇਲਗਾਮ ਹੋ ਗਈ ਅੱਜ ਦੀ ਡੇਟ ਦੇ ਵਿੱਚ। ਹੁਣ ਰਾਜ ਸਿਆਸਤਦਾਨਾਂ ਦਾ ਉਹਦੇ ਉੱਪਰ ਨਹੀਂ, ਉਹਨਾਂ ਦਾ ਸਿਆਸਤਦਾਨਾਂ 'ਤੇ ਹੈ। ਉਹਨਾਂ ਦਾ ਅੱਗੇ ਤੁਸੀਂ ਇਹ ਕਹਿ ਲਓ ਕਿ ਮਾਫੀਆ ਦੇ ਹੱਥ 'ਚ ਨੇ ਜਿਹੜੀਆਂ ਮਤਲਬ ਕੰਡਿਆਲੇ ਉਹਨਾਂ ਦੇ ਜਾਂ ਉਹਦੀਆਂ ਲਗਾਮਾਂ। ਸੋ ਇੱਦਾਂ ਕੰਮ ਚੱਲ ਰਿਹਾ। ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਟਿੱਪਣੀ ਹੈ ਬਹੁਤ ਸਿਗਨੀਫਿਕੈਂਟ ਹੈ ਔਰ ਬਹੁਤ ਅਨਫਾਰਚੂਨੇਟ ਹੈ, ਬਹੁਤ ਦੁਖਦਾਈ ਹੈ ਕਿ 2006 ਤੋਂ ਜੇ ਮਾਫੀਆ ਰਾਜ ਕਰ ਰਿਹਾ ਫਿਰ ਅਸੀਂ ਕਿਹਨਾਂ ਨੂੰ ਚੁਣ ਰਹੇ ਹਾਂ, ਵਾਰ ਵਾਰ ਅਸੀਂ ਜਿਹਨਾਂ ਨੂੰ ਚੁਣਦੇ ਹਾਂ ਫਿਰ ਉਹਨਾਂ ਦੀ ਭੂਮਿਕਾ ਕੀ ਹੈ।
ਮਤਲਬ ਇਹ ਸਾਰਾ ਜਿਹੜਾ ਪਖੰਡ ਹੁੰਦਾ ਹੈ, ਇਲੈਕਸ਼ਨਾਂ ਹੋਰ ਸਾਰਾ ਕੁਛ, ਫਿਰ ਇਹਦਾ ਮਤਲਬ ਕੀ ਹੈ? ਅਸੀਂ ਕਾਨੂੰਨ ਬਣਾਏ ਹੋਏ ਨੇ, ਕੋਰਟਾਂ ਬਣਾਈਆਂ ਹੋਈਆਂ ਨੇ, ਆਮ ਬੰਦੇ ਨੂੰ ਲੱਗਦਾ ਹੈ ਕਿ ਪਤਾ ਨਹੀਂ ਇੱਕ ਭੁੱਲ ਭੁਲੱਈਏ 'ਚ ਵੜ ਕੇ ਇਨਸਾਫ ਦੇ 'ਚ ਪਤਾ ਨਹੀਂ ਕਿੱਥੇ ਨਿਕਲਾਂਗੇ, ਜਦ ਨੂੰ ਬੰਦਾ ਨਿਕਲਦਾ ਉਹਦੀ ਸ਼ਕਲ ਹੀ ਹੋਰ ਹੁੰਦੀ ਹੈ ਅਸਲ ਦੇ ਵਿੱਚ। ਇਸ ਤਰ੍ਹਾਂ ਸੁਰਜੀਤ ਪਾਤਰ ਨੇ ਕਿਹਾ ਸੀ ਨਾ ਵੀ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਮਤਲਬ ਬਿਰਖ ਬਣ ਜਾਂਦੇ ਨੇ ਉੱਥੇ ਖੜੇ ਖੜੇ ਲੋਕ। ਪਰ ਦੇਖਿਆ ਆਪਾਂ ਨੇ ਹੁਣ ਜਿਸ ਤਰੀਕੇ ਦੇ ਨਾਲ ਲਾਰੈਂਸ ਬਿਸ਼ਨੋਈ ਦੀਆਂ ਹੋਰ ਇੰਟਰਵਿਊਜ਼ ਦੇ ਮਾਮਲੇ, ਜਿੱਥੇ ਨੰਗਾ ਚਿੱਟਾ ਐਵੀਡੈਂਸ ਹੈ, ਕੋਰਟ ਨੇ ਡਟ ਕੇ ਕਿਹਾ, ਲਾਗੂ ਨਹੀਂ ਹੁੰਦੀਆਂ ਗੱਲਾਂ। ਸੋ ਇਹ ਹੈ ਕਿਤੇ ਨਾ ਕਿਤੇ ਸਿਸਟਮ ਹੈ ਜਿਹੜਾ, ਉਹਦੇ ਮੇਰਾ ਖਿਆਲ ਹੈ ਵੀ ਕੁੱਤੇ ਫੇਲ ਹੋਏ ਹੋਏ ਨੇ। ਅਸੀਂ ਬੈਠ ਕੇ ਜਿਹੜੀ ਜਨਤਾ ਹੈ ਉਹ ਪੈਡਲ ਮਾਰੀ ਜਾਂਦੀ ਹੈ, ਗੱਡੀ ਉੱਥੇ ਹੀ ਖੜੀ ਹੈ ਅਸਲ 2006 ਤੋਂ ਪਹਿਲਾਂ ਦੀ ਵੀ ਖੜੀ ਹੈ ਬੇਸਿਕਲੀ ਤਾਂ। ਪਰ ਇਹ ਦਿਨੋਂ ਦਿਨ ਇਹ ਬਿਮਾਰੀ ਵੱਧਦੀ ਜਾ ਰਹੀ। ਹੁਣ ਜੇ ਸਪੀਕਰ ਨੂੰ, ਵਿਧਾਨ ਸਭਾ ਦੇ ਸਪੀਕਰ ਨੂੰ ਇਹ ਕਹਿਣੀ ਪੈ ਰਹੀ ਹੈ ਪਬਲਿਕਲੀ ਗੱਲ, ਪਰ ਜਿਹੜੀ ਰੂਲਿੰਗ ਪਾਰਟੀ ਉਹਦਾ MLA ਕਹਿ ਰਿਹਾ, ਅਪੋਜੀਸ਼ਨ ਨਹੀਂ ਕਹਿ ਰਹੀ ਇਹ ਗੱਲ। ਸੋ ਇਹ ਆਪਣੇ ਆਪ 'ਚ ਰਿਕਾਰਡ ਹੈ, ਮੇਰਾ ਖਿਆਲ ਹੈ ਪਿਛਲੇ 70 ਸਾਲਾਂ 'ਚ ਇਹ ਵੀ ਪਹਿਲੀ ਵਾਰੀ ਹੋਈ ਹੋਇਆ। ਵੈਸੇ ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਇਲਾਕੇ ਕੋਟਕਪੂਰੇ ਦਾ ਇਹ ਕੇਸ ਚੁੱਕਿਆ, ਪਰ ਬੜੀ ਹੈਰਾਨਗੀ ਹੈ ਕਿ ਜਿਵੇਂ ਅਮਨ ਅਰੋੜਾ ਮੰਤਰੀ ਬਾਅਦ ਵਿੱਚ ਬੋਲੇ, ਉਹ ਉਹਨਾਂ ਨੇ ਕਿਹਾ ਕਿ ਪਿਕ ਐਂਡ ਚੂਸ ਨਹੀਂ ਹੋਣਾ ਚਾਹੀਦਾ, ਸਾਰੇ ਮਾਮਲੇ ਵਿੱਚ ਇੱਕ ਮੈਕੈਨਿਜ਼ਮ ਜਿਹੜਾ ਉਹ ਕ੍ਰੀਏਟ ਕਰਨਾ ਚਾਹੀਦਾ, ਤਾਂ ਕਿ ਸਾਰੇ ਮਤਲਬ ਕਿ ਉਸ ਮਾਮਲੇ 'ਚ ਨੰਗੇ ਹੋਣ, ਉਹ ਕਲੀਅਰ ਹੋਵੇ ਕਿ ਕਾਲੀਆਂ ਭੇਡਾਂ ਕਿੱਥੇ ਕਿੱਥੇ ਬੈਠੀਆਂ, ਪੁਲਿਸ 'ਚ ਵੀ ਬੈਠੀਆਂ, ਸਿਆਸਤ 'ਚ ਵੀ ਬੈਠੀਆਂ। ਇਹ ਜਿਹੜੇ ਸੰਧਵਾ ਸਾਹਿਬ ਨੇ ਉਹ ਵੀ ਇਸ ਗੱਲ ਦਾ ਦਾਅਵਾ ਕਰ ਰਹੇ। ਕੁੰਵਰ ਵਿਜੇ ਪ੍ਰਤਾਪ ਨੇ ਗੱਲ ਨੂੰ ਹੋਰ ਅੱਗੇ ਤੋਰਦਿਆਂ ਕਿਹਾ ਕਿ ਵਿਜੀਲੈਂਸ ਵੀ ਕੰਮ, ਜਿਵੇਂ ਇਹਨਾਂ ਨੇ ਕਿਹਾ ਕਿ ਵਿਜੀਲੈਂਸ ਵੀ ਕੰਮ ਕਰ ਰਹੀ ਹੈ ਸੰਧਵਾ ਸਾਹਿਬ ਨੇ ਕਿਹਾ, ਪਰ ਕੀ ਮਤਲਬ ਕਿ ਵਿਜੀਲੈਂਸ ਦੀ ਭੂਮਿਕਾ ਵੀ ਸ਼ੱਕੀ ਹੈ ਫਿਰ ਇਹੋ ਜਿਹੇ ਮਾਮਲਿਆਂ ਦੇ ਵਿੱਚ, ਕਿ ਜੇ ਬਹੁਤੀ ਵੱਡੀ ਕੋਈ ਕਾਰਵਾਈ ਨਹੀਂ ਹੁੰਦੀ ਉਹ ਕਹਿੰਦੇ DGP ਸਾਹਿਬ ਨੂੰ ਅਸੀਂ ਕਹਿੰਦੇ ਹਾਂ ਕਿ ਲਿਆਓ ਜੀ ਕੱਲ੍ਹ ਨੂੰ ਰਿਪੋਰਟ ਲਿਆ ਕੇ, ਇੱਥੇ ਵਿਧਾਨ ਸਭਾ ਦੀ ਅਸੀਂ ਪ੍ਰਵਾਨਗੀ ਲੈ ਲਈ ਹੈ, ਇੱਥੇ ਲਿਆ ਕੇ ਪੇਸ਼ ਕਰੋ ਕਿ ਕੀ ਉਸ ਮਾਮਲੇ ਦੇ ਵਿੱਚ ਹੋ ਰਿਹਾ। ਗੱਲ ਤੇ ਇਕੱਲਾ ਇਹ ਮਾਮਲਾ ਕਿਉਂ, ਉਧਰੋਂ ਪ੍ਰਗਟ ਸਿੰਘ ਹੋਰਾਂ ਨੇ ਉੱਠਦਿਆਂ ਕਹਿ ਦਿੱਤਾ ਡਾਕਟਰ ਸਾਹਿਬ ਕਿ ਜੀ ਥਾਣਿਆਂ ਦੇ ਵਿੱਚ ਉਹ ਸਾਰੀ ਜਿਹੜੀ ਪੁਲਿਸ ਦੀ ਹੈ, ਜੋ ਵੀ ਹੈ ਪੁਲਿਸ ਸਮੁੱਚੀ ਜਿਹੜਾ ਤੰਤਰ ਹੈ ਇਹਨਾਂ ਦੀ, ਕਹਿੰਦੇ ਡੋਪ ਟੈਸਟ ਹੋਣਾ ਚਾਹੀਦਾ ਘੱਟੋ ਘੱਟ, ਕਹਿੰਦੇ ਹਰੇਕ ਚੌਂਕੀ ਥਾਣੇ 'ਚ 2 ਮੁਲਾਜ਼ਮ ਜਿਹੜੇ ਨੇ ਉਹ ਨਸ਼ੇ ਦੇ ਆਦੀ ਨੇ ਉਸ ਢੰਗ ਦੇ ਨਾਲ। ਫਿਰ ਅੱਗੋਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹੀ ਕੇਸ ਕਿਉਂ, ਤੁਸੀਂ ਬਾਕੀ ਕੇਸ ਵੀ ਚੁੱਕੋ, ਘੱਟੋ ਘੱਟ ਕਹਿੰਦੇ ਜਿਹੜਾ ਲਾਰੈਂਸ ਬਿਸ਼ਨੋਈ ਦਾ ਕੇਸ ਆ ਉਹੀ ਲੈ ਆਓ, ਜਿਹੜੇ ਪੁਲਿਸ ਵਾਲੇ ਦੇ ਫੋਨ ਤੋਂ, ਕੋਈ ਵੱਡੇ ਅਧਿਕਾਰੀ ਦੇ ਫੋਨ ਤੋਂ ਉਹਨੇ ਇੰਟਰਵਿਊ ਦਿੱਤੀ ਹੈ ਉਹ ਸਾਹਮਣੇ ਕਿਉਂ ਨਹੀਂ ਲਿਆਂਦੀ? ਤਾਂ ਉਸ ਮਾਮਲੇ ਦੇ ਵਿੱਚ ਇੱਕ ਹੜਬੜਾਹਟ ਜੀ ਨਜ਼ਰ ਆਈ। ਚੀਮਾ ਸਾਹਿਬ ਉਧਰੋਂ ਬੋਲ ਪਏ ਖਜ਼ਾਨਾ ਮੰਤਰੀ ਕਿ ਨਹੀਂ ਜੀ ਇਹ ਤਾਂ ਮਾਮਲਾ ਹਾਈਕੋਰਟ ਵਿੱਚ ਆ। ਹੁਣ ਅਸੀਂ ਇਹ ਜਿਹੜੀ ਮਤਲਬ ਘੁੰਡੀ ਘੁਮਾਈ ਗਈ ਕਿ ਤੁਸੀਂ ਸਿਰਫ ਇੱਕ ਕੇਸ ਨੂੰ ਫੋਕਸ ਕਰ ਰਹੇ ਹੋ, ਉਹ ਵੀ ਠੀਕ ਹੈ ਇੱਕ ਲੈਵਲ ਹੁੰਦਾ ਕੇਸ ਦਾ, ਪਰ ਜਿਹੜੇ ਇੱਕ ਬਹੁਤ ਵੱਡਾ ਕੇਸ ਹੈ ਲਾਰੈਂਸ ਦਾ, ਅਗਲੇ ਨੇ ਗੋਲੀ ਚਲਾ ਦਿੱਤੀ ਉੱਥੇ AP ਢਿੱਲੋਂ ਦੇ ਘਰ ਦੇ ਬਾਹਰ ਚਲਵਾ ਦਿੱਤੀ, ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਕਿ ਜੇ ਪੰਜਾਬ ਸਰਕਾਰ ਨਹੀਂ ਨੱਥ ਪਾ ਸਕਦੀ, ਇਹ ਤਾਂ ਕਹਿੰਦੇ ਗੋਲਡੀ ਬਰਾੜ ਨੂੰ ਬਾਹਰੋਂ ਚੱਕ ਲੈਣਾ। ਤੇ ਫਿਰ ਇਹੋ ਜਿਹੇ ਮਾਮਲੇ ਨੂੰ ਅਸੀਂ ਕਿਵੇਂ ਦੇਖੀਏ ਕਿ ਸਰਕਾਰ ਜਿਹੜੀ ਹੈ ਜਾਂ ਵਿਰੋਧੀ ਧਿਰਾਂ ਇਹਨੂੰ ਉਸ ਤਰੀਕੇ ਨਾਲ ਕਿਉਂ ਨਹੀਂ ਲੈ ਰਹੀਆਂ, ਜਾਂ ਲੈਣਾ ਕਿਸ ਢੰਗ ਨਾਲ ਲੈਣਾ ਚਾਹੀਦਾ ਇਹ ਮਾਮਲੇ ਨੂੰ? ਦੇਖੋ ਸੁਖਵਿੰਦਰ ਜੀ, ਸਾਡੇ ਜਿਹੜੀ ਪਹਿਲੀ ਗੱਲ ਤਾਂ ਇਹ ਹੈ ਕਿ ਅਪੋਜੀਸ਼ਨ 'ਚ ਵੀ ਤੇ ਸਰਕਾਰ ਦੇ ਵਿੱਚ ਵੀ, ਬਿਊਰੋਕਰੇਸੀ 'ਚ ਵੀ, ਜਿੱਡਾ ਵੱਡਾ ਇਹ ਮਾਮਲਾ ਹੈ ਓਨੀ ਸੀਰੀਅਸਨੈਸ ਨਹੀਂ ਹੈ। ਦੂਜੀ ਚੀਜ਼ ਇਹ ਹੈ ਕਿ ਸਾਡੇ ਜਿਹੜੇ ਇਮਾਨਦਾਰ ਕੰਪੀਟੈਂਟ ਅਫਸਰ ਨੇ ਉਹ ਲਗਭਗ ਕੁੰਜੇ ਲਾ ਦਿੱਤੇ ਜਾਂਦੇ ਨੇ ਹਮੇਸ਼ਾ ਹੀ, ਸਿਰਫ ਇੱਕ ਛੋਟੀ ਜਿਹੀ ਕੋਟਰੀ, ਚਾਹੇ ਉਹ IAS ਦੇ ਵਿੱਚ ਹੋਵੇ, ਚਾਹੇ ਉਹ IPS ਦੇ ਵਿੱਚ ਹੋਵੇ, ਉਹਨੂੰ ਪੁਰਾਣੇ ਸਮੇਂ ਤੋਂ ਚੱਲ ਰਿਹਾ, ਅਕਾਲੀਆਂ ਦੇ ਟਾਈਮ ਤੋਂ ਚੱਲ ਰਿਹਾ, ਆਪਣੇ ਕੈਪਟਨ ਸਾਹਿਬ ਦੇ ਵੀ ਚੱਲਿਆ, ਹੁਣ ਵੀ ਚੱਲ ਰਿਹਾ, ਉਹਨਾਂ ਨੂੰ ਤਵੱਜੋ ਦਿੱਤੀ ਜਾਂਦੀ ਹੈ, ਉਹਨਾਂ ਨੂੰ ਅੱਗੇ ਲਿਆਂਦਾ ਜਾਂਦਾ, ਉਹਨਾਂ ਰਾਹੀਂ ਸ਼ੋਅ ਰਨ ਕੀਤਾ ਜਾਂਦਾ, ਉਹ ਅਕਸਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਬਿਸ਼ਨੋਈਆਂ ਹੋਰ ਗੁਦਾਰਿਆਂ ਮਤਲਬ ਬਰਾੜਾਂ ਦੇ ਨਾਲ ਰਲ ਜਾਂਦੇ ਨੇ ਗੈਂਗਸਟਰਾਂ ਦੇ ਨਾਲ।
ਸਿੱਧੇ ਨਹੀਂ ਤਾਂ ਟੇਢੇ ਤਰੀਕੇ ਨਾਲ ਹੋ ਜਾਂਦਾ, ਕਿਉਂਕਿ ਧੰਦਾ ਉੱਥੋਂ ਚੱਲਦਾ, ਪੈਸਾ ਉੱਥੋਂ ਆਉਂਦਾ, ਪੈਸੇ ਦੇ ਨਾਲ ਪਾਰਟੀਆਂ ਚੱਲਦੀਆਂ ਨੇ, ਪੈਸਿਆਂ ਨਾਲ ਇਲੈਕਸ਼ਨਾਂ ਲੜੀਆਂ ਜਾਂਦੀਆਂ। ਸੋ ਇਸ ਕਰਕੇ ਸੀਰੀਅਸ ਹੋਣਾ ਵੀ ਨਹੀਂ ਹੈ ਉਹਨਾਂ ਨੇ। ਦੂਜੀ ਚੀਜ਼ ਇਹ ਹੈ ਕਿ ਜੇ ਸੀਰੀਅਸ ਹੋ ਵੀ ਜਾਣ, ਉਹਦੇ ਵੱਸ ਦਾ ਰੋਗ ਨਹੀਂ, ਕਿਉਂਕਿ ਇਹਦੇ 'ਚ ਬਹੁਤ ਵੱਡਾ ਇੰਟਰਨੈਸ਼ਨਲ ਮਾਫੀਆ ਇਨਵੋਲਵ ਹੈ। ਜਿਹੜਾ ਡਰੱਗਸ ਦਾ ਇਹ ਏਰੀਆ ਹੈ, ਮਤਲਬ ਅਫਗਾਨਿਸਤਾਨ ਦੀ ਗੌਰਮੈਂਟ ਪੂਰੀ ਦੀ ਪੂਰੀ ਡਰੱਗਸ ਦੇ ਮਾਮਲਿਆਂ ਦੇ ਉੱਪਰ ਉੱਤਰ ਜਾਂ ਲਹਿੰਦੀ ਰਹੀ ਹੈ, ਉਹਨੂੰ ਬਿਠਾਇਆ ਗਿਆ ਉਹਨਾਂ ਨੂੰ ਉੱਥੇ, ਕੋਪੀ ਉੱਥੋਂ ਸ਼ੁਰੂ ਹੁੰਦੀ ਹੈ। ਮਤਲਬ ਇਹ ਪੂਰੇ ਦਾ ਪੂਰਾ ਰੂਟ ਹੈ, ਔਰ ਉਹ ਰੂਟ ਸਾਡਾ, ਅਸੀਂ ਉਹਦਾ ਪਾਰਟ ਹਾਂ ਅਸਲ ਦੇ ਵਿੱਚ। ਸੋ ਇਸ ਕਰਕੇ ਥੋੜ੍ਹੀ ਜਿਹੀ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਜਿੰਨੀ ਸੀਰੀਅਸਨੈਸ ਦੀ ਲੋੜ ਹੈ ਸੈਂਟਰਲ ਗੌਰਮੈਂਟ ਨੂੰ ਵੀ ਅਤੇ ਸਟੇਟ ਗੌਰਮੈਂਟ ਨੂੰ ਵੀ। ਇਹ ਤਾਂ USA ਵਰਗੇ ਉੱਥੇ ਨਹੀਂ ਮਾਮਲੇ ਨਜਿੱਠ ਹੋਏ। ਉਹਦਾ ਕਾਰਨ ਇਹ ਹੈ ਕਿ ਜੇ ਹੋਰ ਬਰੀਕੀ 'ਚ ਚਾਹੋਗੇ, ਉਹ ਹੈ ਕਿ ਇੱਕ ਮਾਰਕੀਟ ਇਕੋਨਮੀ ਕੈਪੀਟਲਿਸਟ ਸਿਸਟਮ ਦਾ ਪਾਰਟ ਹੈ ਡਰੱਗਸ ਦਾ। ਅਜੇ ਜੇ ਤੁਸੀਂ ਇਹਨੂੰ ਫਾਰਮਾਸੂਟੀਕਲ ਇੰਡਸਟਰੀ ਨਾਲ ਜੋੜ ਕੇ ਦੇਖੋਗੇ ਫਿਰ ਸਮਝ ਆਉਂਦੀ ਹੈ। ਮਤਲਬ ਕਰੋਨੇ ਤੋਂ ਲੈ ਕੇ ਚਿੱਟੇ ਤੱਕ ਇਹ ਸਾਂਝਾ ਹੀ ਹੈ ਕੰਮ, ਕੋਈ ਲੁਕਿਆ ਛੁਪਿਆ ਨਹੀਂ ਹੈ। ਪਿਛਲੇ ਸਮੇਂ 'ਚ ਮੈਂ ਤੁਹਾਨੂੰ ਭੇਜੂੰਗਾ ਇੱਕ ਆਰਟੀਕਲ, ਕਿਸੇ ਨੇ ਲਿਖਿਆ ਸੀਗਾ ਅਮੈਰੀਕਨ ਸੋਸ਼ੋਲੋਜਿਸਟ ਨੇ, ਇੰਸਟੀਟਿਊਸ਼ਨਲ ਕਰਪਸ਼ਨ ਦੇ ਉੱਪਰ। ਉਹਨੇ ਲਿਖਿਆ ਸੀ, ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ, ਕਿ ਅਮੈਰੀਕਾ ਦੇ ਵਿੱਚ ਸਭ ਤੋਂ ਵੱਧ ਡੈਥਸ ਨੇ ਜਿਹੜੀਆਂ ਉਹ ਪ੍ਰਸਕ੍ਰਿਪਟਿਵ ਮੈਡੀਸਨ ਕਰਕੇ ਹੁੰਦੀਆਂ ਨੇ। ਫਿਰ ਉਹਨੇ ਤੋਂ ਅੱਗੇ ਦੇਖ ਕਿਹਾ ਕਿ ਦਵਾਈਆਂ ਬਣਦੀਆਂ ਕਿਵੇਂ ਨੇ, ਉਹਦੇ ਰੇਟ ਕਿਵੇਂ ਫਿਕਸ ਹੁੰਦੇ ਨੇ, ਉਹਦੇ ਇੰਸਪੈਕਟਰ ਵੀ ਉਹੀ ਹੁੰਦੇ ਨੇ ਬਣਾਉਣ ਵਾਲੇ। ਇਸ ਤਰ੍ਹਾਂ ਬਿਮਾਰੀ ਡਿਕਲੇਅਰ ਕੀਤੀ ਜਾਂਦੀ ਹੈ ਡੈਕੇਟ ਦੀ, ਫਿਰ ਬਿਮਾਰੀ ਨੂੰ ਫੈਲਾਇਆ ਜਾਂਦਾ, ਪ੍ਰਚਾਰਿਆ ਜਾਂਦਾ। ਸੋ ਇਹ ਇਹ ਸਾਨੂੰ ਜਿਹੜੀ ਚੀਜ਼ ਨਜ਼ਰ ਨਹੀਂ ਆਉਂਦੀ ਅਸਲ ਦੇ ਵਿੱਚ, ਇੱਥੇ ਤਾਂ ਇਹ ਤਾਂ ਅਸੀਂ ਰੈਂਡਮ ਫੜ ਲੈਂਦੇ ਹਾਂ ਕਈ ਵਾਰੀ, ਕਿ ਛੋਟਾ ਜਿਹਾ ਕੋਈ ਪੈਡਲਰ ਫੜ ਲਿਆ, ਕੋਈ ਬੋਰਡ ਸਿੰਘ ਫੜਿਆ ਗਿਆ। ਬੋਰਡ ਸਿੰਘ ਨਹੀਂ ਹਨ, ਇਹ ਤਾਂ ਬਾਬਾ ਬੋਰਡ ਹੈ ਜਿਹੜਾ ਨਸ਼ਿਆਂ ਦਾ ਕੰਮ ਹੈ ਸਾਰੀ ਦੁਨੀਆ ਦੇ ਵਿੱਚ। ਪਰ ਉਹਦੇ ਲਈ ਬਹੁਤ ਵੱਡੇ ਕਿਰਦਾਰ ਦੀ ਜ਼ਰੂਰਤ ਹੈ, ਸਵੱਛਤਾ ਦੀ ਜ਼ਰੂਰਤ ਹੈ, ਪਬਲਿਕ ਲਾਈਫ ਦੇ ਵਿੱਚ ਬਹੁਤ ਹੋਣਹਾਰ ਬੰਦਿਆਂ ਦੀ ਜ਼ਰੂਰਤ ਹੈ। ਇਹ ਇਹਨਾਂ ਦੇ ਆਪਣੇ ਬੱਚੇ ਬਹੁਤ ਸਾਰੇ ਪੁਲਿਸ ਅਫਸਰਾਂ ਦੇ ਡਰੱਗਸ ਦੇ ਚਲੇ ਗਏ, ਇਸ ਇੱਥੇ ਨਹੀਂ ਹੋਰ ਮੁਲਕਾਂ 'ਚ ਵੀ ਹੋਇਆ, ਇਹ ਪੂਰਾ ਦੌਰ ਚੱਲਿਆ ਇਸ ਤਰ੍ਹਾਂ ਦਾ, ਚੱਲ ਰਿਹਾ ਜੇ ਵੀ। ਸੋ ਇਸ ਕਰਕੇ ਇੱਕ ਸੈਪਰੇਟ ਚੀਜ਼ ਹੈ। ਦੂਜੀ ਚੀਜ਼ ਜਿਹੜੀ ਪ੍ਰਗਟ ਸਿੰਘ ਹੋਰਾਂ ਨੇ ਕਹੀ, ਆਪਣੇ ਬਾਜਵਾ ਸਾਹਿਬ ਨੇ ਕਹੀ, ਉਹ ਗੱਲ ਬਿਲਕੁਲ ਠੀਕ ਹੈ। ਕੋਈ ਅਪੋਜੀਸ਼ਨ ਦੀ ਅਤੇ ਸਰਕਾਰੀ ਧਿਰ ਦੀ ਸਾਂਝੀ ਕਮੇਟੀ ਬਣਾ ਲੈਣ, ਇਹ ਤਾਂ ਹੁਣ ਨੰਗਾ ਚਿੱਟਾ ਹੋ ਗਿਆ ਨਾ ਹਾਈ ਕੋਰਟ ਦੇ ਵਿੱਚ। ਮਤਲਬ ਸਰਕਾਰ ਨੇ ਕਿਹਾ ਕਿ ਹਾਂਜੀ ਸਾਡੇ ਕੋਲੋਂ ਹੀ ਹੋਈ ਹੈ ਇੰਟਰਵਿਊ, ਪਰ ਇੰਟਰਵਿਊ ਵੀ ਮਤਲਬ ਕਿਸੇ ਪੁਲਿਸ ਅਫਸਰ ਦੇ ਫੋਨ ਤੋਂ ਹੋਈ ਹੈ, ਫਿਰ ਉਹ ਪੁਲਿਸ ਅਫਸਰ ਕਿੱਥੇ ਨੇ ਜੀ? ਉਹ ਰਾਜਜੀਤ ਜੀ ਉਹਨਾਂ ਦੀ ਤਰ੍ਹਾਂ ਇੱਥੇ ਹੀ ਕਿਤੇ ਤੁਰਦੇ ਫਿਰਦੇ ਹੋਣਗੇ। ਸੋ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਆਪਾਂ ਨੂੰ ਜਿਹੜਾ ਕਹਿੰਦੇ ਹੁੰਦੇ ਨਾ ਵੀ ਜਿਹੜਾ ਕੁਛ ਦਿਖਦਾ ਹੈ ਉਹ ਨਹੀਂ ਹੈ, ਸੱਚਾਈ ਉਹ ਤੋਂ ਗਹਿਰੀ ਹੈ ਕਿਤੇ ਜ਼ਿਆਦਾ। ਪਰ ਇਹ ਸਾਡੇ ਜਿਹੜੇ ਬੰਦੇ ਨੇ, ਮਤਲਬ ਕਿਉਂਕਿ ਹੁਣ ਇੰਨਾ ਨੰਗਾ ਹੋਣਾ ਸ਼ੁਰੂ ਹੋ ਗਿਆ, ਮਤਲਬ ਆਖਿਰਕਾਰ ਤੁਸੀਂ ਪਬਲਿਕ ਮੈਨ ਨੇ ਜਿਹੜੇ, ਉਹ ਚਾਹੇ ਮੈਂ ਕਹਿੰਦਾ ਵੀ 100% ਤਾਂ ਕੋਈ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ, ਉਹਨਾਂ ਨੂੰ ਲੋਕਾਂ ਨੂੰ ਫੇਸ ਤਾਂ ਕਰਨਾ ਪੈਂਦਾ। ਸੋ ਜਿੰਨੀ ਦੇਰ ਉਹ ਜਾਗਦੇ ਨਹੀਂ, ਔਰ ਜਿੰਨੀ ਦੇਰ ਆਮ ਲੋਕ ਨਹੀਂ ਜਾਗਦੇ, ਅਸੀਂ ਕੀ ਹੋਇਆ, ਡੈਮੋਕ੍ਰੇਸੀ ਦਾ ਇੱਕ ਵੱਡਾ ਨੁਕਸਾਨ ਇਹ ਹੋਇਆ। ਰਾਜਿਆਂ ਦੇ ਟਾਈਮ ਤਾਂ ਸਾਨੂੰ ਗੁੱਸਾ ਹੁੰਦਾ ਸੀ ਵੀ ਰਾਜੇ ਦੀ ਰਾਜਾ ਜੰਮ ਪੈਂਦਾ ਘਰੇ, ਹੁਣ ਚੁਣਦੇ ਅਸੀਂ ਹਾਂ, ਵੋਟ ਪਾ ਕੇ ਅਸੀਂ ਸੌਂ ਜਾਂਦੇ ਹਾਂ। ਅਸੀਂ ਪਹਿਰਾ ਨਹੀਂ ਦਿੰਦੇ ਇਸ ਗੱਲ 'ਤੇ ਕਿ ਜਿਹਨੂੰ ਚੁਣਿਆ ਅਤੇ ਜਿੱਦਾਂ ਦਾ ਚੁਣਿਆ ਸੀ ਉੱਦਾਂ ਦਾ ਹੀ ਹੈ ਜਾਂ ਬਦਲ ਗਿਆ। ਉਹਦੇ ਕਰਕੇ ਹੈ ਕਿ ਅਸੀਂ ਮਤਲਬ ਵੋਟਰ ਦਾ ਕਿਰਦਾਰ ਵੀ, ਆਮ ਲੋਕਾਂ ਦਾ ਕਿਰਦਾਰ ਵੀ ਇਹ ਸਟੇਟ ਹੈ ਜਿਹੜੀ ਉਹ ਛੋਟਾ ਕਰ ਲਈ। ਉਹ ਜਿੰਨੇ ਤੁਸੀਂ ਨਿਕੰਮੇ ਹੋਵੋਗੇ, ਜਿੰਨਾ ਤੁਸੀਂ ਅਨਪੜ੍ਹ ਲੋਕ ਹੋਣਗੇ, ਨਿਕੰਮੇ ਹੋਣਗੇ, ਫਟੇ ਹੋਣਗੇ ਆਪਸ ਵਿੱਚ, ਉਹਨੇ ਉਹਨਾਂ ਨੂੰ ਸੂਟ ਕਰਦੇ ਨੇ ਉਸ ਤਰ੍ਹਾਂ ਦੇ ਲੋਕਾਂ। ਪਰ ਉਹਦੇ ਲਈ ਵੱਡੀਆਂ ਵੱਡੀਆਂ ਸੰਸਥਾਵਾਂ ਬਣ ਗਈਆਂ ਨੇ, ਵੋਟਾਂ ਕਿਵੇਂ ਲੈਣੀਆਂ ਨੇ, ਇਮੇਜ ਕਿਵੇਂ ਬਿਲਡ ਕਰਨਾ, ਇਸ ਤਰੀਕੇ ਦੇ ਨਾਲ ਰਾਤੋਂ ਰਾਤ ਮਤਲਬ ਫਲੈਕਸਾਂ ਲੱਗ ਜਾਂਦੀਆਂ ਨੇ, ਪੈਸਾ ਕਿੱਥੋਂ ਆ ਜਾਂਦਾ। ਕਈ MLA ਦੇ ਤੁਸੀਂ ਐਫੀਡੈਵਿਟ ਕਢਾ ਕੇ ਦੇਖੋਗੇ ਨਾ, 20-50 ਹਜ਼ਾਰ ਤੋਂ ਹੇਠਾਂ ਹੇਠਾਂ ਦੀ ਇਨਕਮ ਹੈ, 3-3 ਲੱਖ ਦੀਆਂ ਉਹਨਾਂ ਦੀਆਂ ਲੱਗੀਆਂ ਫਲੈਕਸਾਂ, ਕਿਹਨੇ ਲਾਈਆਂ ਜੀ ਉਹ?
ਸੋ ਇਹ ਚੀਜ਼ਾਂ ਦੀ ਜਿਹੜੀਆਂ ਫੰਡਿੰਗ ਕਿੱਥੋਂ ਆਉਂਦੀ ਹੈ, ਜਿਹੜੀ ਮਤਲਬ ਉਹ ਫੰਡਿੰਗ ਨੂੰ ਫਿਰ ਕਿਸ ਤਰੀਕੇ ਦੇ ਨਾਲ ਦਿਖਾਇਆ ਜਾਂਦਾ ਠੀਕ ਠਾਕ, ਮਤਲਬ ਇੱਕ ਜਿਹੜੀ ਸਾਡੀ ਨੋਰਮਲ ਵਾਈਟ ਇਕੋਨੋਮੀ ਹੈ ਜਿਹਦੇ 28% ਟੈਕਸ ਲੱਗਦਾ ਹੈ, ਪਰ ਜਿੰਨਾ 28% ਤੋਂ ਵਧਾ ਦਿੰਦੇ ਜਾਓਗੇ, ਜਿੰਨਾ ਟੈਕਸ ਜ਼ਿਆਦਾ ਲਾਓਗੇ, ਉਨੀ ਇਨਫੋਰਮਲ ਇਕੋਨੋਮੀ ਜਿਹਨੂੰ ਅਸੀਂ ਬਲੈਕ ਇਕੋਨੋਮੀ ਕਹਿੰਦੇ ਹਾਂ ਬਣ ਜਾਂਦੀ ਹੈ। ਉਹ ਬਣੀ ਹੋਈ ਉਹ ਚੱਲ ਰਿਹਾ ਇੱਕ ਪੈਰਲਲ ਸਿਸਟਮ ਪੂਰੇ ਦਾ ਪੂਰਾ, ਜੇਲ੍ਹਾਂ ਦੇ ਵਿੱਚੋਂ ਫਰੌਤੀਆਂ ਲਈਆਂ ਜਾ ਰਹੀਆਂ ਨੇ। ਤੁਸੀਂ ਦੱਸ ਰਹੇ ਉਹਨੂੰ ਕਨੇਡਾ ਤੱਕ, ਮਤਲਬ ਆ ਸਿੰਗਰ ਨੇ ਜਿਹੜੇ ਵਿਚਾਰੇ ਇਹਦਾ ਵਿਕਟਮ ਬਣਿਆ, ਜਿਹਦੇ ਕੋਲ 4 ਪੈਸੇ ਨੇ ਉਹਨੇ ਵਿਕਟਮ ਬਣਨਾ ਹੀ ਬਣਨਾ ਹੈ, ਆਪਣੇ ਵਰਗਾ ਜਿਹੜਾ ਬਿਲਕੁਲ ਹੀ ਕੰਗਾਲ ਹੈ ਉਹਨੂੰ ਤਾਂ ਕਿਸੇ ਨੇ ਕਹਿਣਾ ਵੀ ਕੀ ਹੈ। ਜਿਸ ਤਰ੍ਹਾਂ ਕਹਿੰਦੇ ਸੀ ਨਾ, ਕੋਈ ਬੰਦਾ ਹੱਥ ਦਿਖਾਉਣ ਗਿਆ, ਉਹ ਜੋਤਸ਼ੀ ਜੀ ਕਹਿੰਦੇ ਕਹਿੰਦੇ ਤੇਰੇ 'ਤੇ ਸ਼ਨੀ ਦੀ ਦ੍ਰਿਸ਼ਟੀ ਹੈ, ਤੂੰ ਲੁੱਟਿਆ ਜਾਏਗਾ, ਮਾਰਿਆ ਜਾਏਗਾ। ਉਹ ਕਹਿੰਦੇ ਜੀ ਕੀ ਕਰਾਂ, ਕਹਿੰਦਾ 100 ਰੁਪਈਆ ਕੱਢ। ਉਹ ਕਹਿੰਦਾ ਜੀ 100 ਤਾਂ ਹੈ ਨਹੀਂ, ਕਰਦੇ ਕਰਾਉਂਦੇ। ਉਹ ਕਹਿੰਦਾ 25 ਦੇ ਦੇ, 5 ਦੇ ਦੇ, ਅਖੀਰ ਉਹਨੂੰ ਕਹਿੰਦਾ 94 ਹੀ ਦੇ ਦੇ। ਉਹ ਕਹਿੰਦਾ ਮੇਰੇ ਤੋਂ 94 ਵੀ ਨਹੀਂ, ਕਹਿੰਦਾ ਫਿਰ ਸ਼ਨੀ ਵੀ ਤੇਰਾ ਕੀ ਵਿਗਾੜ ਲਊਗਾ। ਸੋ ਜਿਹੜੇ ਆਪਣੇ ਵਰਗੇ ਜਿਹਨਾਂ ਦਾ ਸ਼ਨੀ ਵੀ ਕੁਛ ਨਹੀਂ ਵਿਗਾੜ ਸਕਦਾ ਨਾ, ਉਹ ਤਾਂ ਅਜੇ ਫਿਰ ਇਰਰੇਲੇਵੈਂਟ ਨੇ ਜਾਂ ਮਤਲਬ ਪਾਸੇ ਨੇ। ਪਰ ਜਿਹਦੇ ਕੋਲ 4 ਪੈਸੇ ਨੇ, ਕੋਈ ਡਾਕਟਰ ਹੈ, ਕੋਈ ਆੜ੍ਹਤੀ ਹੈ, ਵਧੀਆ ਬਿਜ਼ਨਸਮੈਨ ਹੈ, ਕੋਈ ਕੋਈ ਸਿੰਗਰ ਹੈ, ਕੋਈ ਸੈਲੀਬ੍ਰਿਟੀ ਹੈ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਨੀਂਦ ਨਹੀਂ ਆਉਂਦੀ। ਪਰ ਪਤਾ ਨਹੀਂ ਅੰਦਰੋਂ ਅੰਦਰ ਹੀ ਅੰਦਰ ਖਾਤੇ ਕਿੰਨੇ, ਕਿੰਨੀਆਂ ਵੀਡੀਓਜ਼ ਆਈਆਂ ਨੇ ਲੀਡਰਾਂ ਦੀਆਂ ਵੀ, ਮਤਲਬ ਕਿੰਨੇ ਉਹ ਦੇ ਕੇ ਵਿਚਾਰੇ ਆਪਣੀ ਪ੍ਰੋਟੈਕਸ਼ਨ ਖਰੀਦਦੇ ਨੇ, ਅਤੇ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਨਾਲ ਮਤਲਬ ਨਫ਼ਰੀ ਚੱਲੀ ਹੋਈ ਹੈ। ਮਤਲਬ VIP ਕਲਚਰ ਖਤਮ ਕਰਨਾ ਸੀ, ਉਹ ਡਬਲ ਕਰਤਾ ਸੀ, ਸਾਰੀ ਪੁਲਿਸ ਉਹਦੇ ਵਿੱਚ ਲੱਗੀ ਹੋਈ ਹੈ, ਗੈਂਗਸਟਰਾਂ ਨੂੰ ਵੀ ਕੌਣ ਫੜੂਗਾ। ਸੋ ਜਿਹੜਾ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਨਾ ਕਿ 2-2 ਮੁਲਾਜ਼ਮ ਹਰ ਜਗ੍ਹਾ ਹੀ ਨੇ, ਡੋਪ ਟੈਸਟ ਹੋਣਾ ਚਾਹੀਦਾ ਹੈ, ਕਰ ਲਿਆ ਕਿ ਅਸੀਂ ਸਿੱਖ ਹੋ ਗਏ, ਸਾਡੀ ਸੁਸਾਇਟੀ ਹੈ ਜਿਹੜੀ ਉਹ ਸਾਰੀ ਦੀ ਸਾਰੀ ਸਿੱਖ ਹੋ ਰਹੀ ਹੈ। ਜਿੰਨੀ ਦੇਰ ਅਸੀਂ ਜਾਗਦੇ ਨਹੀਂ, ਅਸੀਂ ਕੋਈ ਐਸੀ ਲਹਿਰ ਨਹੀਂ ਚਲਾਉਂਦੇ ਕਿ ਭਾਈ ਬੰਦੇ ਵਧੀਆ ਪੈਦਾ ਕਰਨ ਦੀ ਜ਼ਰੂਰਤ ਹੈ, ਵਧੀਆ ਬੰਦਿਆਂ ਦੀ ਇੱਜ਼ਤ ਕਰਨ ਦੀ ਜ਼ਰੂਰਤ ਹੈ, ਠੱਗਾਂ ਚੋਰਾਂ ਦਾ ਮਤਲਬ ਜਿਹੜੇ ਬਦ ਕਿਰਦਾਰ ਬੰਦੇ ਨੇ ਹਰ ਫੀਲਡ ਦੇ ਵਿੱਚ, ਇਕੱਲੀ ਸਿਆਸਤ ਨਹੀਂ ਹੈ, ਸਿਆਸਤ ਤਾਂ ਨਜ਼ਰ ਆ ਜਾਂਦੀ ਹੈ। ਹੁਣ ਤੁਸੀਂ ਚੰਡੀਗੜ੍ਹ ਦੇ ਇਰਦ ਗਿਰਦ ਤੁਸੀਂ ਦੇਖਿਆ ਹੀ ਹੈ ਨਾ, ਜਿਹੜਾ ਮਤਲਬ ਇੱਕ ਵਾਰੀ ਕੁਲਦੀਪ ਸਿੰਘ ਕਮਿਸ਼ਨ ਬਣਿਆ ਸੀ, ਉਹ ਪਤਾ ਲੱਗ ਜਾਂਦਾ ਕਿ ਜ਼ਮੀਨਾਂ ਖਰੀਦੀਆਂ ਨੇ ਉਹਨਾਂ ਨੂੰ, ਕੀ ਰਿਜ਼ਾਈਨ ਕਰਨਾ ਪਿਆ ਸੀ, ਰਿਪੋਰਟ ਪਈ ਹੈ ਹੋ ਜੇ। ਮਤਲਬ ਜਿੱਥੇ ਸਿਪਾਹੀਆਂ DSPਾਂ ਦੇ ਐਡੇ ਐਡੇ ਬੰਗਲੇ ਨੇ, ਜਿਹਨਾਂ ਦੀ ਮਤਲਬ ਥੋੜ੍ਹੀ ਥੋੜ੍ਹੀ ਤਨਖਾਹ ਸੀ SSPਾਂ ਦੇ, ਉਹ ਤੁਹਾਨੂੰ ਦਿਖ ਜਾਊਗਾ ਉਹਦੇ ਤੋਂ ਵੀ ਸਾਡੀ ਸਮਾਜ ਗਿਆ ਕਿੱਧਰ ਨੂੰ, ਕਰਕਿਆ ਕਿਵੇਂ। ਪਰ ਇਹ ਹੁਣ ਬਹੁਤ ਸਿਰਾ ਲੱਗ ਗਿਆ, ਕਹਿੰਦੇ ਨੇ ਜਦੋਂ ਇੰਤਹਾ ਹੋ ਜਾਂਦੀ ਹੈ ਨਾ, ਫਿਰ ਮਤਲਬ ਨਾਈਟਮੇਅਰ ਟੁੱਟਦਾ, ਫਿਰ ਸੂਰਜ ਚੜ੍ਹਦਾ। ਪਰ ਇਹ ਲੋਕਾਂ ਨੂੰ ਬਹੁਤ, ਆਪਣਿਆਂ ਨੂੰ ਬਹੁਤ ਐਫਰਟ ਕਰਨੀ ਪਊ, ਪਰ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹਨਾਂ ਦਾ ਸਾਰਾ ਕੁਛ ਹੀ, ਸਾਰਾ ਫਿਊਚਰ ਹੀ ਖਤਰੇ 'ਚ ਹੈ। ਪਰ ਇੱਥੋਂ ਅਸੀਂ ਬਾਹਰ ਨੂੰ ਭੇਜਦੇ ਹਾਂ ਬੱਚਿਆਂ ਨੂੰ ਕਿ ਜੇ ਇੱਥੇ ਨਸ਼ਿਆਂ 'ਚ ਨਾ ਲੱਗ ਜਾਵੇ, ਗੈਂਗ ਉੱਥੇ ਗੋਲਡੀ ਬਰਾਡ ਹੋਣੀ ਬੈਠੇ ਨੇ ਪਹਿਲਾਂ ਹੀ, ਮਨ ਬਾਹਰ ਕਿੱਥੇ ਭੇਜ ਦੇਣਾ, ਹੁਣ ਮੰਗਲ ਗ੍ਰਹਿ 'ਤੇ ਥੋੜ੍ਹਾ ਭੇਜ ਦਾਂਗੇ ਆਪਾਂ। ਸੋ ਇਸ ਕਰਕੇ ਸਿਚੁਏਸ਼ਨ ਬਹੁਤ ਸੀਰੀਅਸ ਹੈ। ਸਾਡੇ ਲੀਡਰ ਸਾਹਿਬਾਨ ਨੂੰ ਪਹਿਲੀ ਗੱਲ ਤਾਂ ਆਪਣੇ ਆਪ ਨੂੰ ਇਹ ਸਵੱਛ ਕਰਨਾ ਚਾਹੀਦਾ, ਜੋ ਕਹਿੰਦੇ ਨੇ ਉਹ ਕਰਨ, ਆਪਣੀ ਆਤਮਾ ਜਗਾਉਣੀ ਚਾਹੀਦੀ ਹੈ। ਸਿਰਫ ਇਹ ਨਹੀਂ ਕਿ ਐਵੇਂ ਇੱਕ ਦੂਜੇ ਨੂੰ ਲਾਉਣ ਖਾਤਰ ਕਰਨਾ ਹੈ। ਮਤਲਬ ਪਿਛਲੇ ਦਿਨੀਂ ਨਾਭਾ, ਮਾਫ ਕਰਿਓ ਮੈਂ ਸਵਾਲ ਰੱਖਣ ਲੱਗਿਆ ਸੀ, ਪਿਛਲੇ ਦਿਨੀਂ ਜਦੋਂ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਦੋਸ਼ੀ ਨੂੰ ਉੱਥੋਂ ਥਾਈਲੈਂਡ ਤੋਂ ਲਿਆਂਦਾ ਗਿਆ, ਤੇ ਉਦੋਂ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ, ਉਹ ਬਿਆਨ ਮੈਂ ਹਰ ਵਾਰੀ ਕੋਟ ਕਰਦਾ, ਕਿ ਪੰਜਾਬ ਦੇ ਵਿੱਚ ਹੁਣ ਕੋਈ ਐਕਟਿਵ ਗੈਂਗਸਟਰ ਨਹੀਂ ਹੈਗਾ। ਮਤਲਬ ਉਹ ਰਨ ਹੋ ਰਹੇ ਨੇ, ਕਿਤੋਂ ਤਾਂ ਰਨ ਕਰ ਰਹੇ ਨੇ ਨਾ, ਪੰਜਾਬ ਦੇ ਵਿੱਚ ਉਹਨਾਂ ਦੇ ਸਲੀਪਰ ਸੈੱਲ ਜਾਂ ਉਹ ਸਾਰਾ ਕੁਛ ਪਿਆ ਆ, ਜੇ ਗੁਜਰਾਤ ਦੀ ਜੇਲ੍ਹ 'ਚ ਲਾਰੈਂਸ ਬਿਸ਼ਨੋਈ ਬੈਠਾ ਤਾਂ ਉਹਦੇ ਜਿੰਨੇ ਗੁਰਗੇ ਨੇ ਉਹ ਜੇ ਕਨੇਡਾ ਤੱਕ ਮਾਰ ਕਰ ਸਕਦੇ ਨੇ, ਤੇ ਉਹ ਇੱਥੇ ਬੈਠੇ ਕਿਵੇਂ ਕੰਮ ਕਰ ਰਹੇ ਨੇ, ਉਹ ਸਭ ਦੇ ਸਾਹਮਣੇ ਆ। ਮੇਰੇ ਖਿਆਲ ਦੇ ਵਿੱਚ ਦਾਊਦ ਇਬਰਾਹਿਮ ਦੀ ਡੀ ਕੰਪਨੀ ਤੋਂ ਬਾਅਦ ਜੇ ਅਸੀਂ ਕਿਸੇ ਨੂੰ ਭਾਰਤ ਦੇ ਅੰਦਰ, ਮੇਰੇ ਨਜ਼ਰ 'ਚ ਜੇ ਤੁਹਾਡੀ ਨਜ਼ਰ 'ਚ ਦੱਸਿਓ, ਤਾਂ ਉਹ ਲਾਰੈਂਸ ਬਿਸ਼ਨੋਈ ਇੱਕ ਬਹੁਤ ਵੱਡਾ, ਇਹ ਉਹਨੂੰ ਗੈਂਗਸਟਰ ਕਹਿੰਦੇ ਨੇ, ਉਹ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡਾ ਅੱਤਵਾਦੀ ਹੋ ਕੇ, ਜਾਂ ਉਹ ਮਤਲਬ ਇੰਨਾ ਵੱਡਾ ਦਹਿਸ਼ਤਗਰਦ ਬਣ ਚੁੱਕਿਆ
ਕਿ ਉਹਦੇ ਤੇ ਕੋਈ ਸੁਣਵਾਈ ਈਵਨ ਤੱਕ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਵੀ ਤਰਿੰਦੇ ਹੋਣੇ ਕਿ ਇਹਨੂੰ ਹੱਥ ਨਾ ਪਾਓ ਹੋਰ ਜਿਹਦੇ ਮਰਜ਼ੀ ਮਗਰ, ਤਾਂ ਹੀ ਤਾਂ ਪਹਿਲੇ ਬੁੱਲੀ ਕਹਿਤਾ ਕਿ ਜੀ ਪੰਜਾਬ ਦੀ ਜੇਲ੍ਹ 'ਚ ਨਹੀਂ ਹੈ, ਇੰਟਰਵਿਊ ਹੋਈ ਤੇ ਜੇ ਹੁਣ ਜਦੋਂ ਦਾਅਵਾ ਸਭ ਕੁਝ ਸਾਹਮਣੇ ਜਾ ਕੇ ਕਰਨਾ ਪਿਆ ਹਾਈਕੋਰਟ 'ਚ, ਤਾਂ ਉਹਦੇ ਤੇ ਵੀ ਚੁੱਪੀ ਵੱਟਣਾ, ਇਹਦਾ ਕੀ ਕਾਰਨ ਹੈ ਕਿ ਇੱਕ ਕਿਰਦਾਰ ਜਿਹੜਾ ਦਰਮਿਆਨੇ ਜੇ ਕੱਦ ਦਾ ਕੋਈ ਬਹੁਤੀ ਉਹਦੀ ਕੋਈ ਮਤਲਬ ਕਿ ਇੱਦਾਂ ਕਹਿ ਲਓ ਕਿ ਕੋਈ ਬੈਕਗ੍ਰਾਉਂਡ ਨਹੀਂ ਇਹੋ ਜਿਹੀ ਸੀਗੀ, ਚੰਗੇ ਘਰ ਤੋਂ ਸੀਗਾ, ਤੇ ਇੱਕ ਯੂਨੀਵਰਸਿਟੀ ਤੋਂ ਉੱਠ ਕੇ ਇੱਕ ਵਰਲਡ ਲੈਵਲ ਦਾ ਗੈਂਗਸਟਰ ਜਾਂ ਅੱਤਵਾਦੀ ਬਣਿਆ ਪਿਆ, ਤੇ ਉਹਦੇ ਤੇ ਕੋਈ ਲਗਾਮ ਨਹੀਂ ਕੱਸੀ ਜਾ ਪਾ ਰਹੀ, ਜਾਂ ਇੰਨੇ ਲਾਚਾਰ ਨੇ, ਸਾਰਾ ਸਿਸਟਮ ਹੀ ਉਹਦੇ ਸਾਹਮਣੇ ਲਾਚਾਰ ਹੋਇਆ ਪਿਆ। ਸੁਖਵਿੰਦਰ ਜੀ ਇਕੱਲੇ ਉਹ ਲਾਰੈਂਸ ਬਿਸ਼ਨੋਈ ਦੀ ਨਹੀਂ, ਤਾਂ ਇੱਕ ਵਿਅਕਤੀ ਹੈ ਆਪਣੇ ਵਰਗੇ ਦੋ ਲੱਤਾਂ ਬਾਹਾਂ ਵਾਲਾ ਬੰਦਾ ਹੈ, ਕੋਈ ਐਡੀ ਗੱਲ ਨਹੀਂ, ਸਿਸਟਮ ਨੂੰ ਸਮਝੋ। ਜਦੋਂ ਪੁਲਿਸ ਨੂੰ ਇਹ ਕਹਿਣਾ ਪੈ ਰਿਹਾ ਕਿ ਕੋਈ ਐਕਟਿਵ ਗੈਂਗਸਟਰ ਨਹੀਂ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਪੁਲਿਸ ਹੀ ਕਿਸੇ ਕਿਸਮ ਦਾ ਕੰਮ ਕਰ ਰਹੀ ਹੈ। ਇਹਨੂੰ ਸਮਝੋ ਤੁਸੀਂ ਗੱਲ ਨੂੰ ਕਿ ਸਿਸਟਮ 'ਤੇ ਕਬਜ਼ਾ ਹੀ ਬਣਾਉਂਦਾ ਅਸਲ ਦੇ ਵਿੱਚ। ਉਹ ਤਾਂ ਇੱਕ ਐਵੇਂ ਟੈਕਨੀਕੈਲਿਟੀ ਦੀ ਗੱਲ ਹੈ, ਉਹਨੂੰ ਆਈ ਜੀ ਦਾ, ਡੀ ਆਈ ਜੀ ਦਾ, ਡੀ ਜੀ ਪੀ ਦਾ ਕੋਈ ਰੈਂਕ ਦੇ ਦੇਣ, ਉਹੀ ਰਨ ਕਰ ਰਿਹਾ ਸ਼ੋਅ। ਤਾਂ ਇਹ ਜਿਹੜਾ ਇਨਫੋਰਮਲ ਹਿੱਸਾ ਹੈ ਨਾ ਅਸਲ ਦੇ ਵਿੱਚ ਮਾਫੀਆ ਦਾ, ਜਿਹੜਾ ਬੰਬਈ ਦੇ ਵਿੱਚ ਕੀ ਸੀਗਾ, ਡੀ ਕੰਪਨੀ ਕੀ ਸੀ, ਸਾਰੀ ਪੁਲਿਸ ਰਾਹੀਂ ਕਰ ਰਿਹਾ ਸੀ ਉਹ ਰਨ। ਹਰ 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 ਖਿੱਤੇ ਦੇ ਵਿੱਚ ਉਹਦੇ ਬੰਦੇ ਸੀ, ਉਹ ਹਿੱਸਾ ਲੈਂਦੇ ਸੀ, ਕਰਪਸ਼ਨ ਹੁੰਦੀ ਸੀ, ਔਰ ਉਹ ਪੋਲੀਟੀਸ਼ੀਅਨਾਂ ਤੱਕ ਸਿਰੇ ਤੱਕ ਜਾਂਦਾ ਸੀਗਾ ਕਿ ਕਿਹਨੂੰ ਨਹੀਂ ਸੀ ਪਤਾ, ਔਰ ਹੁਣ ਕਿਹਨੂੰ ਨਹੀਂ ਪਤਾ। ਸਾਡੇ ਦੋ ਡੀ ਜੀ ਪੀ ਰੈਂਕ ਦੇ ਬੰਦੇ ਇੱਕ ਦੂਜੇ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਐਫੀਡੈਵਿਟ ਦਿੰਦੇ ਨੇ, ਔਰ ਉਹਨਾਂ ਦੇ ਵਿੱਚੋਂ ਇੱਕ ਨੂੰ ਐਨ ਆਈ ਏ ਦਾ ਚੀਫ ਲਾ ਦਿੱਤਾ ਜਾਂਦਾ, ਤੁਸੀਂ ਦੇਖੋ ਨਾ। ਸੋ ਇਸ ਕਰਕੇ ਇਹ ਇਹਨੂੰ ਸਮਝਣ ਦੀ ਜ਼ਰੂਰਤ ਹੈ ਕਿ ਦੋ ਚੀਜ਼ਾਂ ਨਹੀਂ ਹਨ, ਗੈਂਗਿਜ਼ਮ ਅਤੇ ਜਿਹੜੇ ਪੁਲਿਸ ਦੀ ਇਫੈਕਟਿਵ ਇਨਫੋਰਮਲ, ਸਾਰੇ ਪੁਲਿਸ ਅਫੀਸਰ ਇੱਦਾਂ ਦੇ ਨਹੀਂ ਹਨ, ਪਰ ਉਹ 'ਚ ਜਿਹੜੇ ਇਫੈਕਟਿਵ ਨੇ, ਜਿਹੜੇ ਪੋਲੀਟੀਸ਼ੀਅਨਾਂ ਨਾਲ ਜੁੜੇ ਹੋਏ ਨੇ ਪੈਸੇ ਇਕੱਠੇ ਕਰਕੇ ਦੇਣ ਵਾਲੇ, ਉਹ ਲਗਭਗ ਉਹਨਾਂ ਨੂੰ ਰਨ ਕਰ ਰਹੇ। ਇਸ ਕਰਕੇ ਉਹਨਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ, ਅਦਰਵਾਈਜ਼ ਕੀ ਗੱਲ ਹੈ? ਇਹ ਪੰਜਾਬ ਪੁਲਿਸ ਹੈ ਜਿਹੜੀ, ਇਹਨੇ ਕਿੱਥੇ ਕਿੱਥੇ ਤੱਕ ਜਾ ਕੇ, ਮਤਲਬ ਪਹਿਲੀ ਗੱਲ ਤਾਂ ਕਿੰਨੇ ਨੌਜਵਾਨ ਮਾਰੇ। ਮੇਰੇ ਖਿਆਲ ਹੈ ਵਰਲਡ ਦੇ ਵਿੱਚ ਪਹਿਲਾ ਰਿਕਾਰਡ ਹੈ ਕਿ ਕੋਈ ਹਥਿਆਰਬੰਦ ਜਿਹੜੀ ਮੂਵਮੈਂਟ ਹੈ ਉਹ ਕਿਸੇ ਪੁਲਿਸ ਫੋਰਸ ਨੇ ਖਤਮ ਕਰਤੀ। ਅਦਰਵਾਈਜ਼ ਜਿੱਥੇ ਵੀ ਕਿਤੇ ਕੋਈ ਮੂਵਮੈਂਟ ਚੱਲੀ ਹੈ, ਉਹ ਪੁਲਿਸ ਨਹੀਂ ਖਤਮ ਕਰ ਸਕੀ, ਉੱਥੇ ਮਿਲਟਰੀ ਹੋਰ ਚੀਜ਼ਾਂ ਨਾਲ ਖਤਮ ਹੋਈ ਜਾਂ ਇਲੈਕਸ਼ਨਾਂ ਨਾਲ ਬਾਅਦ ਦੇ ਵਿੱਚ। ਸੋ ਇਹ ਗੱਲ ਸਮਝਣ ਵਾਲੀ ਹੈ ਕਿ ਇੰਨੀ ਤਕੜੀ ਫੋਰਸ, ਇੰਨੇ ਕਮਿਟਡ ਅਤੇ ਟ੍ਰੇਨਡ ਅਫਸਰ ਉਹਨਾਂ ਦੇ, ਕੀ ਉਹ ਇੰਨੇ ਬੇਵੱਸ ਨੇ? ਨਹੀਂ, ਐਸੀ ਗੱਲ ਨਹੀਂ ਹੈ, ਕਿਉਂਕਿ ਪਾਰਟ ਹੈ ਉਹਦਾ, ਮਤਲਬ ਗੈਂਗਿਜ਼ਮ ਹੈ ਜਿਹੜਾ ਸਾਡੀ ਪੰਜਾਬ ਪੁਲਿਸ ਦਾ, ਰਦਰ ਨੌਰਥ ਇੰਡੀਅਨ ਪੁਲਿਸ ਦਾ ਕਹਿਣਾ ਚਾਹੀਦਾ। ਅੰਸਾਰੀ ਵੀ ਇੱਥੇ ਆ ਕੇ ਰਿਹਾ ਸੀ, ਹਰਿਆਣੇ 'ਚ ਵੀ ਲਗਭਗ 19-21 ਦੇ ਫਰਕ ਨਾਲ ਉਹੀ ਪੁਜੀਸ਼ਨ ਹੈ, ਰਾਜਸਥਾਨ ਤੱਕ ਵੀ ਮਾਰ ਹੈਗੀ ਹੈ। ਉਹ ਇਨਫੋਰਮਲ ਹਿੱਸਾ ਹੈ ਉਹਦਾ ਗੈਂਗਿਜ਼ਮ, ਇਹ ਤੋਂ ਬਿਨਾਂ ਰਨ ਹੋ ਹੀ ਨਹੀਂ ਸਕਦਾ ਹੁੰਦਾ, ਇੰਪੋਸੀਬਲ ਗੱਲ ਹੈ, ਇੰਨੇ ਹਥਿਆਰ ਆ ਹੀ ਨਹੀਂ ਸਕਦੇ। ਪਰ ਜਦੋਂ ਖਤਮ ਕਰਨਾ ਹੁੰਦਾ ਕੋਈ ਕੋਈ ਗੱਲ ਨਹੀਂ ਹੈ। ਤੁਸੀਂ ਵੈਸਟ ਦੀਆਂ ਐਗਜ਼ਾਮਪਲਸ ਲਓ, ਮੇਰਾ ਇੱਕ ਦੋਸਤ ਹੈ ਟੋਰੋਂਟੋ 'ਚ, ਉਹਨੇ ਮੈਨੂੰ ਗੱਲ ਦੱਸੀ, ਉੱਥੇ ਬਾਈਕਰਸ ਗੈਂਗ ਹੁੰਦਾ ਸੀ, ਮੋਟਰਸਾਈਕਲਾਂ ਵਾਲੇ, ਮਤਲਬ ਹੈਲਸ ਡੈਵਲਸ ਇਹੋ ਜਿਹੇ ਨਾਂ ਰੱਖੇ ਹੁੰਦੇ ਨੇ ਉਹਨੇ, ਉਹਨਾਂ ਨੂੰ ਪੁਲਿਸ ਵੀ ਭੱਜ ਜਾਂਦੀ ਸੀ, ਕੋਈ ਹੱਥ ਨਹੀਂ ਸੀ ਪਾਉਂਦਾ, ਫਿਰ ਉਹ ਉਹਨਾਂ ਨੇ 2 ਮਹੀਨਿਆਂ 'ਚ ਖਤਮ ਕਰਤੇ। ਮੈਨੂੰ ਉਹਨੇ ਦੱਸਿਆ, ਉਹਨੇ ਸਟੱਡੀ ਕਰੀ ਇਸ ਗੱਲ ਦੀ, ਉਹ ਕਹਿੰਦਾ ਵੀ ਜਦੋਂ ਖਤਮ ਕਰਨਾ ਹੁੰਦਾ ਪੁਲਿਸ ਜਿੰਨੀ ਦੇਰ ਚਲਾਉਣਾ ਚਾਹੁੰਦੀ ਉੰਨੀ ਦੇਰ ਚਲਾਉਂਦੇ, ਜਦੋਂ ਪੁਲਿਸ ਨੇ ਖਤਮ ਕਰਨਾ ਉਹਨਾਂ ਦੇ ਹੱਥ 'ਚ ਹੁੰਦਾ ਸਾਰਾ ਕੁਛ, ਕੋਈ ਗੱਲ ਹੀ ਕੋਈ ਨਹੀਂ ਹੈ, ਮਤਲਬ 2 ਦਿਨਾਂ 'ਚ ਖਤਮ ਕਰ ਸਕਦੇ ਹੁੰਦੇ ਨੇ ਉਹ। ਪਰ ਕਿਉਂਕਿ ਉਹ ਬਹੁਤ ਵੱਡੀ ਇਕੋਨਮੀ ਹੈ ਉਹਦੇ ਪਿੱਛੇ, ਇਹ ਨਹੀਂ ਹੈ ਕਿ ਉਹਨਾਂ ਬੰਦਿਆਂ ਦੀ ਉਹਨਾਂ ਨਾਲ ਲਿਹਾਜ਼ ਹੈ ਜੀ, ਵੋਟ ਸਿੰਘ ਦਾ, ਬੈਂਕ ਦਾ, ਇਹ ਨਹੀਂ ਮਸਲਾ ਹੈ। ਮਸਲਾ ਇੱਕ ਪੂਰੇ ਦਾ ਪੂਰਾ ਸਿਸਟਮ ਹੈ, ਪੈਸਾ ਸਿਰੇ ਤੱਕ ਜਾਂਦਾ ਉੱਥੋਂ, ਪਰ ਹਰ ਚੀਜ਼ ਦੇ ਵਿੱਚ ਜਿੱਥੋਂ ਕਿਤੋਂ ਕੋਈ ਫਰੌਤੀ ਲੈਣੀ ਉਹਨੂੰ ਥਾਣੇਦਾਰ ਤੋਂ ਜਾ ਕੇ ਫਰੌਤੀ ਲੈ ਸਕਦਾ, ਦੱਸਣ ਵਾਲੇ ਇਹੀ ਹੁੰਦੇ ਨੇ। ਈਵਨ ਲਾਸ ਵਿਗਾਸ ਦੀਆਂ ਸਟੱਡੀਜ਼ ਨੇ, ਮੈਂ ਤੁਹਾਨੂੰ ਦੱਸ ਰਿਹਾ, ਜਿਹੜੀਆਂ ਇੰਸ਼ੋਰੈਂਸ ਵਾਲੇ ਬੰਦੇ ਨੇ ਜਿਹੜੇ, ਉਹ ਗੈਂਗਸਟਰ ਦਾ ਪਾਰਟ ਸੀ ਮਾਫੀਆ ਦਾ,
ਉਹ ਇੰਸ਼ੋਰੈਂਸ ਕਰਨ ਗਏ ਦੱਸ ਦਿੰਦੇ ਸੀ ਕਿਹਦੇ ਕੋਲ ਕਿੰਨਾ ਸੋਨਾ ਹੈ, ਕਿਹਦੇ ਕੋਲ ਕਿੰਨਾ ਪੈਸਾ ਹੈ, ਕਿਹਦੇ ਕੋਲ ਕੀ ਐਸੈਟਸ ਨੇ। ਸੋ ਜਦੋਂ ਸਿਸਟਮ ਜਿਹੜਾ ਸਬਵਰਟ ਹੋ ਜਾਂਦਾ ਨਾ, ਜਿਹੜੇ ਸਿਸਟਮ 'ਚ ਬੈਠੇ ਲੋਕ ਨੇ ਉਹਦੇ ਬੈਨੀਫਿਸ਼ਰੀ ਬਣ ਜਾਂਦੇ ਨੇ ਜਾਂ ਪੈਸੇ ਕਮਾਉਣ ਲੱਗ ਜਾਂਦੇ ਨੇ ਇਸ ਤਰੀਕੇ ਦੇ ਨਾਲ, ਫਿਰ ਉਹਨਾਂ ਦਾ ਤੁਸੀਂ ਕੁਛ ਨਹੀਂ ਕਰ ਸਕਦੇ। ਮਤਲਬ ਕਿਸ ਤਰੀਕੇ ਨਾਲ ਇਹ ਹੋ ਜਾਂਦਾ। ਸਾਡਾ ਪ੍ਰੈਜੀਡੈਂਟ ਆਫ ਇੰਡੀਆ ਜਿਹੜਾ ਅਬਦੁਲ ਕਲਾਮ ਸੀ, ਉਹ ਜਾ ਕੇ ਮੇਰਾ ਖਿਆਲ ਹੈ ਕਿ ਛੋਟੇ ਜਿਹੇ ਲਟੋ ਰੂਮ ਜਿਹੜਾ ਉਹਦਾ ਘਰ ਸੀ ਉਹੀ ਪ੍ਰੈਜੀਡੈਂਟ ਤੋਂ ਬਣ ਸਕਿਆ ਉਹਦੇ ਜੋ ਰਿਹਾ ਜਾ ਕੇ। ਕਿਸ ਤਰ੍ਹਾਂ ਇੱਕ ਇੰਸਪੈਕਟਰ ਹੈ ਜਿਹੜਾ ਮਤਲਬ ਜਾਂ ਉਸ ਲੈਵਲ ਦਾ ਕੋਈ ਪੁਲਿਸ ਅਫੀਸਰ ਜਾਂ ਕੋਈ ਆਈ ਡੀ ਅਫੀਸਰ, ਇਨਕਮ ਟੈਕਸ ਅਫੀਸਰ, ਵਕੀਲ ਕੋਈ ਲੈ ਲਓ ਤੁਸੀਂ, ਉਹਨਾਂ ਦੇ ਐਡੇ ਐਡੇ ਮੈਂਸ਼ਨ ਕਿੱਦਾਂ ਬਣ ਜਾਂਦੇ ਨੇ ਫਾਰਮ ਹਾਊਸ, ਮੈਨੂੰ ਦੱਸੋ, ਇੰਨੀ ਸਖ਼ਤ ਟੈਕਸੇਸ਼ਨ ਦੇ ਬਾਵਜੂਦ। ਸੋ ਇਹ ਤਾਂ ਸਾਨੂੰ ਕਈ ਵਾਰੀ ਨਾ ਅਸੀਂ ਮਤਲਬ ਦੇਖਦੇ ਨਹੀਂ ਅੱਖਾਂ ਖੋਲ ਕੇ, ਸਾਡੇ ਸਾਹਮਣੇ ਹੀ ਤਾਂ ਮਤਲਬ ਲੋਕ ਨੇ ਜਿਹੜੇ ਵੱਡੇ ਵੱਡੇ ਹੋ ਜਾਂਦੇ ਪਲ ਜਾਂਦੇ ਨੇ, ਉਹ ਕੁਛ ਤੋਂ ਕੁਛ ਬਣ ਜਾਂਦੇ ਨੇ। ਮੇਰੇ ਨਾਲ ਇੱਥੇ ਮੈਂ ਲੱਗਿਆ ਹੋਇਆ ਸੀ ਯੂਨੀਵਰਸਿਟੀ ਦੇ ਵਿੱਚ, ਮੈਂ ਵਾਰਡਨ ਸੀ, ਮੇਰੇ ਕੋਲ ਇੱਕ ਐਸ ਡੀ ਓ ਸਾਹਿਬ ਆਏ, ਉਹ ਮੈਨੂੰ ਕਹਿੰਦੇ ਤੁਸੀਂ ਟੀਚਰਾਂ ਨੂੰ ਨਾ ਅਕਲ ਨਹੀਂ ਹੁੰਦੀ ਵਾਲੀ। ਮੈਂ ਕਿਹਾ ਹਾਂਜੀ ਸਾਨੂੰ ਬਿਲਕੁਲ ਨਹੀਂ ਹੁੰਦੀ ਅਕਲ, ਅਤੇ ਕਹਿੰਦੇ ਉਹਨੂੰ ਲੱਗਿਆ ਵੀ ਬੜੀ ਝੱਟ ਦੇ ਕੇ ਮੰਨ ਗਿਆ ਇਹ। ਮੈਂ ਕਿਹਾ ਅਸੀਂ ਦੋ ਜਣੇ ਨੌਕਰੀ ਕਰਦੇ ਹਾਂ, ਸਾਡੇ ਕੋਲ ਮਰੂਤੀ ਕਾਰ ਹੈ, ਤੂੰ ਇਕੱਲਾ ਕਰਦਾ, ਤੇਰੀ ਇਕੱਲੇ ਨੂੰ ਵੀ ਸਾਡੇ ਨਾਲੋਂ ਅੱਧੀ ਤਨਖਾਹ ਹੈ ਅਤੇ ਤੇਰੇ ਕੋਲ ਲੈਂਸਰ ਹੈ। ਮੈਂ ਕਿਹਾ ਅਸੀਂ ਤਾਂ ਬੇਅਕਲ ਹੈਗੇ ਹਾਂ, ਸਾਨੂੰ ਅਕਲ ਕਿੱਥੋਂ ਹੋਣੀ। ਉਹਨੂੰ ਫਿਰ ਸਮਝ ਆਈ ਵੀ ਮੈਂ ਗੱਲ ਕੀ ਕਹਿ ਰਿਹਾ। ਸੋ ਜਦੋਂ ਅਸੀਂ ਸਾਨੂੰ ਦਿਖ ਜਾਂਦਾ ਕਿ ਬੰਦੇ ਦੀ ਇਨਕਮ ਕਿੰਨੀ ਹੈ, ਕੱਲ੍ਹ ਇਹ ਕੀ ਸੀਗਾ, ਮਤਲਬ ਤੁਸੀਂ ਮੋਹਾਲੀ ਅਤੇ ਇਹਦਾ ਜਿਹੜਾ ਕਿਹੜਾ ਆਪਣੇ ਆ ਜੀਰਕਪੁਰੇ 'ਚ ਦੇਖੋਗੇ ਨਾ, ਜਿਹੜੇ ਕੱਲ੍ਹ ਅਰਜੀ ਨਵੀਸ ਸੀਗੇ ਅੱਜ ਉਹ ਅਰਬਾਂਪਤੀ ਨੇ, ਕਿੱਥੋਂ ਬਣ ਜਾਂਦੇ ਨੇ। ਸੋ ਇਸ ਕਰਕੇ ਇਹਨੂੰ ਥੋੜ੍ਹਾ ਜਿਹਾ ਇਹ ਸਿਸਟਮ ਹੈ ਜਿਹੜਾ ਦੇਖਣ ਨੂੰ ਕੁਛ ਹੋਰ ਲੱਗਦਾ, ਹਾਥੀ ਦੇ ਦੰਦ ਨੇ ਜਿਹੜੇ ਦਿਖਾਉਣ ਨੂੰ ਬਿਲਕੁਲ ਹੋਰ ਨੇ ਅਤੇ ਖਾਣ ਨੂੰ ਹੋਰ ਨੇ। ਹੁਣ ਬੇਸਿਕਲੀ ਇੱਕੋ ਹੀ ਹੁੰਦੇ ਜਾ ਰਹੇ ਨੇ, ਹੁਣ ਦਿਖਾਉਣ ਵਾਲੇ ਵੀ ਖਾਣ ਵਾਲੇ ਬਣਦੇ ਜਾ ਰਹੇ, ਖਾਣ ਵਾਲੇ ਵੀ ਦਿਖਾਉਣ ਵਾਲੇ ਬਣਦੇ ਜਾ ਰਹੇ ਨੇ। ਇਹ ਖਤਰਨਾਕ ਮੋੜ 'ਤੇ ਖੜ੍ਹੇ ਹਾਂ ਅਸੀਂ। ਪਰ ਇਹ 'ਚ ਇਹ ਕਿ ਸਿਰਫ ਜਿਹੜੀਆਂ ਗੱਲਾਂ ਬਾਤਾਂ ਜਾਂ ਇਹਦੇ 'ਤੇ ਸਿਆਸਤ ਜਾਂ ਹਾ ਹੀ ਨਾਲ ਨਹੀਂ ਕੰਮ ਚੱਲ ਸਕਣਾ। ਮਤਲਬ ਇਹ ਤਾਂ ਜਿਹੜੇ ਗੰਭੀਰ ਲੋਕ ਨੇ, ਜਿਹੜੇ ਸੀਰੀਅਸ ਬੰਦੇ ਨੇ, ਮਤਲਬ ਇਹ ਤਾਂ ਵਿਚਾਰੇ ਕੁਛ ਵੀ ਨਹੀਂ ਕਰ ਸਕਣਗੇ। ਇਹ ਤਾਂ ਦੇਖੋ ਨਾ, ਡਿਫੈਂਸ 'ਤੇ ਆ ਗਏ ਦੋ ਮੰਤਰੀ ਕਿ ਜੀ ਪਿੱਕ ਐਂਡ ਚੂਜ਼ ਨਾ ਹੋਵੇ। ਪਿੱਕ ਐਂਡ ਚੂਜ਼ ਦਾ ਮਤਲਬ ਵੀ ਇਹ ਗੱਲ ਨਾ ਕਰੋ। ਅਤੇ ਜਾਂ ਫਿਰ ਉਹ ਕਹਿੰਦੇ ਜੀ ਚੀਮਾ ਸਾਹਿਬ ਕਹਿੰਦੇ ਕੋਰਟ ਦੇ ਵਿੱਚ ਹੈ ਜੀ ਮਾਮਲਾ, ਮਤਲਬ ਕੋਰਟ 'ਚ ਹੋਵੇ ਕਿਤੇ ਹੋਵੇ, ਕੋਰਟ ਦਾ ਵਿਧਾਨ ਸਭਾ ਦੇ ਉੱਪਰ ਥੋੜ੍ਹਾ ਕੋਈ ਮਤਲਬ ਹੈਗਾ, ਅਤੇ ਤੁਸੀਂ ਕਮੇਟੀ ਬਣਾ ਸਕਦੇ ਹੋ ਤੁਸੀਂ। ਪਰ ਗੱਲ ਇਹ ਕਿ ਡਰਦੇ ਨੇ, ਉਹਦੇ ਤੋਂ ਥਰ ਥਰ ਕੰਬਦੇ ਨੇ, ਕਿਉਂਕਿ ਸਿਸਟਮ ਤੋਂ ਕੰਬਦੇ ਨੇ, ਬੰਦੇ ਤੋਂ ਨਹੀਂ ਇੱਕ ਤੋਂ। ਇਸ ਕਰਕੇ ਇਹ ਬਹੁਤ ਗੰਭੀਰ ਮਸਲਾ ਹੈ। ਔਰ ਮੇਰਾ ਖਿਆਲ ਇਹ ਹੈ ਕਿ ਜਿੰਨੇ ਕੁ ਵੀ ਮਾੜੇ ਮੋਟੇ ਇਮਾਨਦਾਰ ਪੋਲੀਟੀਸ਼ੀਅਨ, ਇਮਾਨਦਾਰ ਅਫਸਰ, ਇਮਾਨਦਾਰ IPS IAS ਨੇ, ਉਹਨਾਂ ਨੂੰ ਆਪਣੀ ਆਤਮਾ ਜਗਾਉਣੀ ਚਾਹੀਦੀ। ਆਖਿਰਕਾਰ ਉੱਪਰ ਜਾ ਕੇ ਧਰਮਰਾਜ ਨੇ ਵੀ ਪੁੱਠੇ ਲਟਕਾਉਣਾ ਹੈ। ਮਤਲਬ ਹੁਣ ਇੱਕ ਤਾਂ ਟ੍ਰੈਜਡੀ ਇਹ ਹੋ ਗਈ, ਇਸ ਵਿੱਚ ਸਾਇੰਸ ਦੀ ਜ਼ਿਆਦਾ ਡਿਵੈਲਪਮੈਂਟ, ਉਹਨਾਂ ਦਾ ਧਰਮ ਦਾ ਡਰ ਰਿਹਾ, ਨਾ ਹੀ ਕਚਹਿਰੀਆਂ ਦਾ ਡਰ ਰਿਹਾ ਕਿਉਂਕਿ ਕਰਪਸ਼ਨ ਫੈਲ ਗਈ ਹੈ ਸਾਰੇ ਪਾਸੇ, ਨਾ ਲੋਕਾਂ ਦਾ ਡਰ ਰਿਹਾ ਕਿ ਵੋਟਾਂ ਇੱਕ ਵਾਰ ਅਸੀਂ ਝੂਠ ਬੋਲ ਕੇ ਲੈ ਲੈਣੀ ਨੇ ਗੱਲ ਮੁੱਕ ਗਈ। ਉਹ ਜਿਹੜਾ ਇਹ ਡਰ ਨਹੀਂ ਨਾ, ਉਹਦੇ ਨਾਲ ਆਤਮਾ ਸੌਂ ਜਾਂਦੀ ਹੈ। ਇਹ ਜ਼ਮੀਰ ਜੇ ਜਗਾਉਣਗੇ ਤਾਂ ਹੀ ਗੱਲ ਬਣਨੀ ਹੈ, ਅਦਰਵਾਈਜ਼ ਤਬਾਹੀ ਤਬਾਹੀ ਹੈ। ਅਗਲੀਆਂ ਪੀੜ੍ਹੀਆਂ ਲਈ ਤਾਂ ਅਸੀਂ ਬਹੁਤ ਸਾਰੇ ਕੰਡੇ ਬੀਜ ਚੁੱਕੇ ਹਾਂ ਪਹਿਲਾਂ। ਮਤਲਬ ਜੇ ਘੱਟੋ ਘੱਟ ਕੋਈ ਥੋੜ੍ਹਾ ਇਸ਼ਾਰਾ ਹੀ ਕਰ ਦੇਣ ਵੀ ਕਿੱਥੇ ਕਿੱਥੇ ਕੰਡੇ ਨੇ, ਘੱਟੋ ਘੱਟ ਆਉਣ ਵਾਲੇ ਬਚ ਜਾਣਗੇ ਇਸ ਗੱਲ। ਅੱਛਾ ਭੱਟੀ ਸਾਹਿਬ, ਅਸੀਂ ਕੀ ਸਮਝੀਏ ਕਿ ਮਤਲਬ ਕਿ ਸਿਸਟਮ ਜਿਹੜਾ ਆ ਉਹ ਕਿਸ ਕਦਰ ਇਸ ਮਾਫੀ ਅੱਗੇ ਗੋਡੇ ਟੇਕ ਚੁੱਕੇ। ਜਿਵੇਂ ਆਪਾਂ ਪਾਕਿਸਤਾਨ ਚ ਵੇਖਦੇ ਹਾਂ ਨਾ ਕਿ ਜਿਹਨੇ ਫੌਜ ਦੀ ਮੰਨੀ ਤੇ ਉਹ ਰਿਹਾ ਸੱਤਾ, ਜਿਹਨੇ ਨਹੀਂ ਮੰਨੀ ਇਮਰਾਨ ਖਾਨ ਵਰਗੇ ਨੂੰ ਅਗਲਿਆਂ ਨੇ ਤੁੰਨਿਆ ਪਿਆ।
ਇੱਧਰ ਸਾਡੇ ਇਹ ਆ ਕਿ ਜੇ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਜਿਵੇਂ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਜ਼ਿਕਰ ਕੀਤਾ ਕਿ ਜਿਹੜਾ ਤੇ ਉਹ ਸਿਸਟਮ ਦੇ ਅੰਦਰ ਰਿਹਾ, ਕੀ ਭਗਵੰਤ ਮਾਨ ਉਹ ਸਿਸਟਮ ਦੇ ਫਿੱਟ ਨਹੀਂ ਬਹਿ ਰਹੇ ਜਿਹੜੇ ਚਾਲਾਂ ਉਹਨਾਂ ਦੇ ਖਿਲਾਫ ਗੁੰਦੀਆਂ ਜਾ ਰਹੀਆਂ ਨੇ? ਬੀਤੇ ਦਿਨਾਂ 'ਚ ਇੱਕ ਜਿਹੜਾ ਹੁਕਮ ਕਾਲਜਾਂ ਨੂੰ ਲੈ ਕੇ ਜਾਰੀ ਹੋਇਆ ਸੀ, ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਕੇ ਖਿਚਾਈ ਕੀਤੀ, ਨਾਲੇ ਦੇ ਹੁਕਮ ਵਾਪਸ ਦਵਾਇਆ, ਕੀ ਉਹ ਸਹੀ ਪਾਸੇ ਚੱਲ ਰਹੇ ਨੇ ਤਾਂ ਉਹਨਾਂ ਦੇ ਖਿਲਾਫ ਇਹ ਸਾਜ਼ਿਸ਼ਾਂ ਚੱਲ ਰਹੀਆਂ, ਜਾਂ ਪਾਰਟੀ ਦੇ ਅੰਦਰ ਜੋ ਕੁਝ ਵੀ ਚੱਲ ਰਿਹਾ, ਜਾਂ ਉਹ ਮਾਫੀਏ ਦੇ ਅੱਗੇ ਉਦਾਂ ਗੋਡੇ ਨਹੀਂ ਟੇਕ ਰਹੇ? ਉਹ ਵੀ ਤਾਂ ਕਹਿ ਸਕਦੇ ਨੇ ਨਾ ਕਿ ਦੇਖੋ ਜੀ ਮੈਂ ਗੋਡੇ ਨਹੀਂ ਸੀ ਟੇਕੇ ਤਾਂ ਇਹਨਾਂ ਨੇ ਮੇਰੀ ਬਲੀ ਲੈ ਲਈ। ਇਹ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਜਿਵੇਂ ਆਪਾਂ ਜੰਮੂ ਕਸ਼ਮੀਰ ਵਾਲੇ ਪਾਸੇ ਲਾ ਲਓ, ਜਿਵੇਂ ਉੱਥੋਂ ਦੀ ਸਟੇਟ ਦੇ ਹਾਲਾਤ ਨੇ। ਮੈਂ ਪੜ੍ਹ ਰਿਹਾ ਸੀਗਾ ਜੈਸ਼ੰਕਰ ਜਿਹੜੇ ਕੇਂਦਰੀ ਵਿਦੇਸ਼ ਮੰਤਰੀ ਨੇ, ਉਹ ਕਹਿ ਰਹੇ ਸੀਗੇ ਕਿ ਹੁਣ ਪਾਕਿਸਤਾਨ ਦੇ ਨਾਲ ਗੱਲਬਾਤ ਦਾ ਕੋਈ ਤੋਕੇ ਨਹੀਂ ਬਣਦਾ। ਇਹਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਹੋਰ ਤਰੀਕਾ ਅਪਣਾਉਣਾ ਚਾਹੁੰਦੇ ਹੋ, ਗੱਲਬਾਤ ਤਾਂ ਕਰਨੀ ਪੈਣੀ ਇੱਕ ਦਿਨ, ਜੇ ਮਸਲੇ ਹੱਲ ਨਹੀਂ ਹੁੰਦੇ ਪਾਕਿਸਤਾਨ ਦੇ ਜੰਮੂ ਕਸ਼ਮੀਰ ਦੇ ਅੱਤਵਾਦ ਨੂੰ ਲੈ ਕੇ, ਤਾਂ ਉਹ ਕਿਸੇ ਨਾ ਕਿਸੇ ਲੈਵਲ ਤੇ ਤਾਂ ਗੱਲ ਹੋਏਗੀ ਨਾ। ਜਾਂ ਉਹ ਯੋਗੀ ਆਦਿੱਤਿਆ ਨਾਥ ਵਾਲੀ ਗੱਲ ਤਾਂ ਹੈ ਨਹੀਂ ਕਿ ਉਹਨਾਂ ਨੇ ਕਹਿ ਤਾ ਮੂੰਹ ਚੁੱਕੇ ਜੀ ਅਖੰਡ ਭਾਰਤ ਆ, ਉਹ ਇੱਕ ਨਾ ਇੱਕ ਦਿਨ ਭੁੱਖੇ ਮਰਦੇ ਸਾਡੇ ਚ ਆ ਕੇ ਰਲ ਜਾਣਗੇ। ਕੀ ਇਹ ਕੋਈ ਮਾਫੀਏ ਦਾ ਹੀ ਦਬਾਅ? ਮੈਂ ਬਹੁਤ ਸਾਰੇ ਸਵਾਲ ਇਕੱਠੇ ਕਰ ਰਿਹਾ ਕਿਉਂਕਿ ਮੈਨੂੰ ਲੱਗਦਾ ਕਿ ਇੱਕ ਮੁਕੰਮਲ ਜਵਾਬ ਇਹਦੇ ਤੇ ਹੋਏਗਾ ਸ਼ਾਇਦ, ਜੇ ਤੁਹਾਨੂੰ ਠੀਕ ਲੱਗਿਆ ਤੁਸੀਂ ਚਾਹੋ ਤੇ ਤੋੜ ਸਕਦੇ ਹੋ ਇਸ ਸਾਰੇ ਮਾਮਲਿਆਂ ਨੂੰ ਕਿ ਜਿਵੇਂ ਖੇਤੀ ਨੀਤੀ ਲਾਗੂ ਨਹੀਂ ਕਰ ਰਹੇ ਕਿਸਾਨ ਸੜਕਾਂ ਤੇ ਨੇ, ਸੁਪਰੀਮ ਕੋਰਟ 'ਚ ਮਾਮਲਾ ਉਹ ਵੀ ਕਮੇਟੀ ਬਣਾ ਕੇ ਤੋੜ ਦਿੰਦੇ ਨੇ, ਮਤਲਬ ਕੋਈ ਤਣ ਪੱਤਨ ਕਿਸੇ ਗੱਲ ਦਾ ਲੱਗਦਾ ਨਹੀਂ। ਜੇ ਨਸ਼ਿਆਂ ਨੂੰ ਲੈ ਲਓ ਤਾਂ ਉੱਥੇ ਵੀ ਇਹੀ ਕੁਝ ਆ। ਮੈਂ ਜੇ ਇਕੱਲੇ ਪੰਜਾਬ ਤੇ ਫੋਕਸ ਕਰਾਂ ਕਿ ਕੋਈ ਵੀ ਬਾਂਹ ਫੜਨ ਵਾਲਾ ਨਹੀਂ, ਇਹਨਾਂ ਨੇ ਕਹਿ ਦੇਣਾ ਕਿ ਸਾਡੇ ਖਿਲਾਫ ਸਾਜ਼ਿਸ਼ਾਂ ਨੇ ਜੀ, ਦੇਖੋ ਸਾਡੀ ਜਿਹੜੀ ਕੇਂਦਰੀ ਲੀਡਰਸ਼ਿਪ ਆ ਉਹ ਮੈਨੂੰ ਲਾਉਣਾ ਚਾਹੁੰਦੀ ਹੈ। ਫਿਰ ਇਹ ਪੰਜਾਬ 'ਚ ਮਾਸੂਮ ਬਹਿ ਕੇ ਵਿਚਰਨ ਲੱਗ ਜਾਣਗੇ ਕਿ ਜੀ ਅਸੀਂ ਤੇ ਬੜੇ ਮਾਸੂਮ ਸੀ, ਮੈਂ ਤੇ ਬੜਾ ਮਾਸੂਮ ਸੀ, ਭਗਵੰਤ ਮਾਨ ਨੇ ਕਹਿਣਾ। ਆਖਿਰਕਾਰ ਇਹ ਚੱਲ ਕੀ ਰਿਹਾ ਪਰਦੇ ਪਿੱਛੇ, ਜੇ ਅਸੀਂ ਉਹਨੂੰ ਸਮਝਣਾ ਚਾਹੀਏ ਤਾਂ ਕਿ ਕੀ ਕਾਰਨ ਹੈ ਕਿ ਇਹ ਕੋਈ ਨਬਜ਼ ਨਹੀਂ ਟਟੋਲ ਰਹੇ, ਜਾਂ ਜਿੱਥੇ ਹੱਥ ਪਾਉਂਦੇ ਨੇ ਉੱਥੋਂ ਤਿਲਕ ਜਾਂਦੇ ਨੇ, ਜਾਂ ਉਹਨੂੰ ਸਮਝਣਾ ਨਹੀਂ ਚਾਹੁੰਦੇ? ਕਿਸਾਨ ਬੈਠੇ ਬਰੂਹਾਂ ਤੇ, ਹੋਰ ਵੀ ਬੈਠੇ ਨੇ, ਧਰਨਾ ਮੁਕਤ ਪੰਜਾਬ ਹੋਣ ਤੇ ਨਹੀਂ ਆਉਂਦਾ? ਦੇਖੋ ਸੁਖਵਿੰਦਰ ਜੀ, ਦੋ ਲਫ਼ਜ਼ਾਂ ਦੇ ਵਿੱਚ ਮੁਕਾਉਣਾ ਹੋਵੇ ਤਾਂ ਇਹ ਹੈ ਕਿ ਮਸਲੇ ਵੱਡੇ ਨੇ, ਕੁਰਸੀਆਂ ਤੇ ਜਿਹੜੇ ਬੰਦੇ ਬੈਠੇ ਨੇ ਉਹ ਛੋਟੇ ਨੇ, ਮਤਲਬ ਇੱਕ ਗੱਲ ਤਾਂ ਇਹ ਹੈ। ਦੂਜੀ ਗੱਲ ਕਿ ਸਾਰੀ ਦੁਨੀਆ ਹੀ ਹਿੱਲ ਜੁਲ ਦੇ ਦੌਰ 'ਚ, ਉਹਦਾ ਕਾਰਨ ਇਹ ਹੈ ਕਿ ਜਦ ਤੋਂ ਦੋ ਪੈਰਲਲ ਸਿਸਟਮ ਸੀਗੇ, ਪਹਿਲਾਂ ਉਹ ਇੱਕ ਢਹਿ ਗਿਆ ਅਤੇ ਸਿਰਫ ਕੈਪੀਟਲਿਸਟ ਸਿਸਟਮ ਰਹਿ ਗਿਆ। ਜਿਹੜੀ ਇਹ ਮਾਰਕੀਟ ਇਕੋਨੋਮੀ ਅਤੇ ਇਹਦੇ ਨਾਲ ਜੁੜੀ ਹੋਈ ਡੈਮੋਕ੍ਰੇਸੀ ਦਾ ਮਾਡਲ ਸੀ ਉਹ ਫੇਲ ਹੋ ਰਿਹਾ। ਉਹ ਅਮਰੀਕਾ 'ਚ ਵੀ ਹੋ ਰਿਹਾ, ਉਹ ਆਪਣੇ ਵੀ ਹੋ ਰਿਹਾ। ਤੁਸੀਂ ਛੋਟੀ ਜਿਹੀ ਗੱਲ ਦੇਖੀ ਹੋਣੀ ਹੈ ਜੀਓ ਪੋਲੀਟਿਕਸ ਦੀ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਇਮਰਾਨ ਖਾਨ ਨੇ ਗਲਤੀ ਇਹ ਕਰ ਲਈ ਕਿ ਉਹ ਰਸ਼ੀਅਨ ਪ੍ਰੈਜੀਡੈਂਟ ਨੂੰ ਮਿਲਣ 'ਚ ਲੈ ਗਿਆ ਸੀ, ਉਹਦੀ ਸਾਰੀ ਲਾ ਦਿੱਤਾ ਗਿਆ ਸੀਗਾ। ਸੋ ਜਿਹੜਾ ISI ਦੀ ਜਾਂ ਆਪਾਂ ਫੌਜ ਦੀ ਗੱਲ ਕਰਦੇ ਹਾਂ ਪਾਕਿਸਤਾਨ ਦੀ, ਉਹਨਾਂ ਦਾ ਰਾਜ ਨਹੀਂ ਹੈ ਉੱਥੇ। ਇਸੇ ਤਰ੍ਹਾਂ ਸ਼ੇਖ ਹਸੀਨਾ ਜਦੋਂ ਆਈ, ਉਹਨੇ ਕਿਹਾ ਕਿ ਜਿਹੜੀ ਉਹ ਆਈਲੈਂਡ ਮੰਗ ਰਹੇ ਸੀਗੇ, ਜੇ ਮੈਂ ਦੇ ਦਿੰਦੀ ਤਾਂ ਮੇਰਾ ਰਾਜ ਕਿਤੇ ਨਹੀਂ ਸੀ ਜਾਣਾ। ਸੋ ਇੱਕ ਤਾਂ ਉਹ ਵੱਡਾ ਹੱਥ ਹੈ ਇੰਟਰਨੈਸ਼ਨਲ ਪੱਧਰ ਤੇ ਜੀਓ ਪੋਲੀਟਿਕਸ ਦਾ, ਕਿ ਜਿਹੜਾ ਤੈਅ ਕਰਦਾ ਕਿ ਜੰਮੂ ਕਟੜਾ ਐਕਸਪ੍ਰੈਸ ਕਿੱਥੇ ਤੱਕ ਬਣੇ ਤੇ ਕਿੱਧਰ ਨੂੰ ਚੱਲੇ। ਉਹਦੇ 'ਚ ਚਾਈਨਾ ਵੀ ਸ਼ਾਮਿਲ ਹੈ, ਰਸ਼ੀਆ ਵੀ ਸ਼ਾਮਿਲ ਹੈ, ਅਮਰੀਕਾ ਵੀ ਸ਼ਾਮਿਲ ਹੈ, ਸਾਡੀ ਅਲੀਟ ਵੀ ਸ਼ਾਮਿਲ ਹੈ। ਜੈਸ਼ੰਕਰ ਜੀ ਹੁਣੀ ਐਵੇਂ ਨਹੀਂ ਬੋਲਦੇ ਇਸ ਦੇ ਵਿੱਚ। ਸੋ ਇਹ ਇਸ ਕਰਕੇ ਇਹ ਹੈ ਕਿ ਇਹਨਾਂ ਦੇ ਹੱਥ ਬਸ ਡਿਸੀਜਨ ਮੇਕਿੰਗ ਨਹੀਂ ਹੈ। ਜੈਸ਼ੰਕਰ ਜੀ ਚਾਈਨਾ ਬਾਰੇ ਨਹੀਂ ਬੋਲ ਸਕਦੇ, ਉਹ ਕਹਿਣਗੇ ਜੀ ਬਿਗ ਇਕੋਨੋਮੀ ਹੈ, ਮੈਂ ਸਮਾਲ ਇਕੋਨੋਮੀ ਕਿਵੇਂ ਬੋਲ ਸਕਦਾ? ਪਾਕਿਸਤਾਨ ਨੂੰ ਦਲ ਸਕਦੇ ਨੇ ਆਰਾਮ ਨਾਲ, ਉਹ ਜਿੰਨੀ ਕੁ ਇਜਾਜ਼ਤ ਮਿਲੀ ਹੁੰਦੀ ਉਨਾ ਕੀ ਬੋਲਦੇ ਨੇ, ਕਿਉਂਕਿ ਤਾਂ ਸਕ੍ਰਿਪਟਡ ਹੈਗਾ ਕੰਮਕਾਰ। ਦੂਜੀ ਚੀਜ਼, ਜਦੋਂ ਆਪਾਂ ਪੰਜਾਬ ਦੇ ਵਿੱਚ ਆਉਂਦੇ ਹਾਂ, ਪੰਜਾਬ ਦੇ ਵਿੱਚ ਦੇਖੋ ਕੋਈ ਮਾਸੂਮ ਨਹੀਂ ਹੈ, ਭੁਲੇਖ ਹੈ, ਐਵੇਂ ਆਪਣੇ ਆਪਣੇ ਤਰੀਕੇ ਨਾਲ ਸਾਰੇ ਲੱਗੇ ਹੋਏ ਨੇ। ਮਾਨ ਸਾਹਿਬ ਨੇ ਵੀ ਇੱਕ ਛੋਟੀ ਜਿਹੀ ਕੋਠਰੀ ਬਣਾਈ ਹੋਈ ਹੈ ਜਿਹੜੀ ਰੂਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਿਊਰੋਕਰੇਸੀ ਉਹਦੇ ਤੋਂ ਬੇਲਗਾਮ ਹੋ ਗਈ ਹੈ, ਉਹ ਬੇਲਗਾਮ ਹੋਣ ਦੇ ਚੱਕਰ ਦੇ ਵਿੱਚ ਹੀ ਜਿਹੜੀ ਉਹ ਕਾਲਜਾਂ ਵਾਲਾ ਫੈਸਲਾ ਹੋਇਆ ਸੀ।
ਤਿੰਨ ਯੂਨੀਵਰਸਿਟੀਆਂ ਖਾਲੀ, ਸਾਰੀਆਂ ਯੂਨੀਵਰਸਿਟੀਆਂ ਖਾਲੀ ਪਈਆਂ ਨੇ, ਤਿੰਨ ਯੂਨੀਵਰਸਿਟੀਆਂ ਦੇ ਵੀਸੀ ਨੇ ਜਿਹੜੇ ਉਹਨਾਂ ਨੂੰ ਤਿੰਨ ਤਿੰਨ ਮਹੀਨੇ ਦੀ ਐਕਸਟੈਂਸ਼ਨ ਦਿੱਤੀ ਹੈ। ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਸੀਜ਼ਨ ਨਾਲ ਕੋਈ ਸੰਬੰਧ ਹੈ, ਵੀ ਸ਼ਰਾਧਾਂ 'ਚ ਸ਼ਾਇਦ ਐਕਸਟੈਂਸ਼ਨ ਨਹੀਂ ਦੇਣੀ, ਅੱਗੇ ਅਸੀਂ ਮਤਲਬ ਦੁਸਹਿਰੇ ਤੋਂ ਬਾਅਦ ਦੇਵਾਂਗੇ, ਇਹਦਾ ਕੋਈ ਮਤਲਬ ਹੈ ਇਸ ਗੱਲ ਦਾ? ਇਹ ਉਹ ਪਾਰਟੀ ਦੀ ਗੱਲ ਮੈਂ ਕਰ ਰਿਹਾ ਜਿਹੜੀ ਕਹਿ ਰਹੀ ਹੈ ਕਿ ਅਸੀਂ ਵਿੱਦਿਆ ਕ੍ਰਾਂਤੀ ਲਿਆਂਦੀ ਹੈ, ਮਤਲਬ ਵਿੱਦਿਆ ਕ੍ਰਾਂਤੀ ਵਾਲਿਆਂ ਤੋਂ ਵੀਸੀ ਨਹੀਂ ਲੱਗ ਰਹੇ ਯੂਨੀਵਰਸਿਟੀਆਂ ਦੇ ਵਿੱਚ। ਪਰ ਥੱਲੇ ਗਰਾਊਂਡ ਲੈਵਲ ਤੇ ਤੁਸੀਂ ਜੇ ਜਾ ਕੇ ਦੇਖੋਗੇ ਸਕੂਲਾਂ ਦੇ ਲੈਵਲ ਤੇ ਜਾਂ ਹੋਰ, ਉਹ ਤਾਂ ਬਿਲਕੁਲ ਹੀ ਵਿੜਾ ਕਰਕੇ। ਸੋ ਇਸ ਕਰਕੇ ਗੱਲ ਇਹ ਹੈ ਕਿ ਇਹ ਤਾਂ ਐਵੇਂ ਇੱਕ ਨਾ ਖਾਮ ਖਾਦਾ, ਜਿਵੇਂ ਇੱਕ ਸਰਕਸ ਹੁੰਦੀ ਹੈ ਨਾ, ਉਹਦਾ ਪਾਰਟ ਨੇ ਜਿਹੜਾ ਰਾਜ ਹੈ, ਰਾਜ ਮੋਟੇ ਤੌਰ ਤੇ ਜਿਹੜਾ ਕਾਰਪੋਰੇਟਾਂ ਦਾ, ਕਿਸਾਨਾਂ ਦਾ ਵੀ ਮਸਲਾ ਉਹਦੇ ਚੋਂ ਨਿਕਲਦਾ। ਅਸਲ ਦੇ ਵਿੱਚ ਕਿਸਾਨ ਹੁਣ ਬੈਠੇ ਨੇ, ਉਹ ਕਹਿ ਰਹੇ ਜੀ ਤੁਸੀਂ ਇੰਨੇ ਸਾਲ ਹੋ ਗਏ, ਤੁਸੀਂ ਕੋਈ ਖੇਤੀ ਪਾਲਿਸੀ ਨਹੀਂ ਬਣਾਈ, ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਨੇ, ਖੇਤ ਮਜ਼ਦੂਰ ਉਹਨਾਂ ਦੇ ਨਾਲ ਬੈਠੇ ਨੇ। ਸੋ ਅੱਛਾ, ਉਹਦੇ 'ਚ ਕੀ ਹੈ ਕਿ ਉਹਨਾਂ ਦੀ ਵੀ ਫੰਡਿੰਗ ਹੋ ਜਾਂਦੀ ਹੈ, ਟ੍ਰੈਜਡੀ ਹੁਣੇ ਹੋ ਗਈ ਹੈ ਕਿ ਆਪਣੇ ਕਿਸਾਨ ਤਾਂ ਅਜੇ ਖੈਰ ਬਚੇ ਹੋਏ ਨੇ ਉਸ ਹਿਸਾਬ ਨਾਲ, ਪਰ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਿਹੜਾ ਪ੍ਰੋਟੈਸਟ ਹੈ ਉਹਦੀ ਵੀ ਫੰਡਿੰਗ ਹੋ ਜਾਂਦੀ ਹੈ ਕਿ ਕੀ ਤੋਂ ਕਰਾਇਆ ਜਾਵੇ। ਸਾਡੇ ਤਾਂ ਮਤਲਬ ਬਹੁਤ ਇਫੈਕਟਿਵਲੀ ਇਹ ਹੋਇਆ ਕਿ ਜਿਹਨੂੰ ਅਸੀਂ ਸੋ ਕਾਲਡ ਡੈਮੋਕ੍ਰੇਸੀ ਕਹਿੰਦੇ ਹਾਂ, ਇਹ ਬੇਸਿਕਲੀ ਬਹੁਤ ਥਾਵਾਂ 'ਤੇ ਤਾਂ ਮੋਬੋਕ੍ਰੇਸੀ 'ਚ ਬਦਲ ਦਿੱਤੀ ਗਈ ਸੀ ਕਿ ਮੋਬ ਦਾ ਰਾਜ ਹੈ, ਜਿੱਥੇ 10 ਬੰਦੇ ਕੋਈ ਇਕੱਠੇ ਕਰ ਸਕਦਾ ਹੈ, ਚਾਹੇ ਉਹ ਵਿਦਿਆ ਭੂਸ਼ਣ ਸਿੰਘ, ਸਰਨ ਸਿੰਘ ਹੈ, ਚਾਹੇ ਕੋਈ ਹੈ, ਉਹ ਚਾਹੇ ਬਜਰੰਗ ਦਲ ਹੈ। ਇਵੇਂ ਹੀ ਪਾਕਿਸਤਾਨ 'ਚ, ਪਾਕਿਸਤਾਨ ਦੇ ਵਿੱਚ ਵੀ ਬੇਸਿਕਲੀ ਮੋਬੋਕ੍ਰੇਸੀ ਹੈ, ਜਿਹੜਾ ਥੋੜ੍ਹਾ ਮੋਬਸਟਰ ਹੈ ਜਿਹੜਾ ਬੰਦਾ, ਉਹ ਰਾਜ ਕਰ ਲੈਂਦਾ, ਉਹ ਰਲ ਜਾਂਦਾ ਸਟੇਟ ਦੇ ਡਿਫਰੈਂਟ ਅੰਗਾਂ ਦੇ ਨਾਲ। ਸੋ ਅਸੀਂ ਇਹਨੂੰ ਰੀਅਲ ਸੈਂਸ ਦੇ ਵਿੱਚ ਡੈਮੋਕ੍ਰੇਸੀ ਨਹੀਂ ਕਹਿ ਸਕਦੇ। ਪਰ ਹੋ ਕੀ ਰਿਹਾ ਜਿਹੜਾ ਹੁਣ, ਬੇਚੈਨੀ ਬਹੁਤ ਵੱਧ ਗਈ ਹੈ ਕਿਉਂਕਿ ਸਿਸਟਮ ਢਹਿ ਰਿਹਾ ਅਸਲ ਦੇ ਵਿੱਚ। ਜਦੋਂ ਕੋਈ ਢਹਿ ਰਿਹਾ ਹੋਵੇ ਤਾਂ ਰੌਲਾ ਰੱਪਾ ਜ਼ਿਆਦਾ ਹੁੰਦਾ ਹਮੇਸ਼ਾ ਹੀ। ਤੁਸੀਂ ਦੇਖੋ ਨਾ ਜੋ ਕੁਛ ਯੂਕਰੇਨ ਦੇ ਵਿੱਚ ਹੋ ਰਿਹਾ, ਵੈਸਟਰਨ ਕੰਟਰੀਜ਼ ਦਾ ਜੋ ਹਾਲ ਹੈ, ਇਜ਼ਰਾਈਲ ਦੇ ਵਿੱਚ ਜੋ ਕੁਛ ਹੋ ਰਿਹਾ, ਉਹ ਆਪਾਂ ਦੇਖ ਰਹੇ ਹਾਂ ਆਪਣੇ ਸਾਹਮਣੇ। ਕਦੇ ਇੱਦਾਂ ਨਹੀਂ ਸੀ ਹੋਇਆ ਇੰਨਾ ਗਿਰਾਵਟ। ਮੇਰਾ ਖਿਆਲ ਹੈ ਸੈਕਿੰਡ ਵਰਲਡ ਵਾਰ ਦੇ ਵਿੱਚ ਵੀ ਵਾਰ ਲੱਗੀ ਹੋਈ ਸੀ, ਪਰ ਜਿਹੜੇ ਸਟੇਟਸਮੈਨ ਨੇ ਉਹਨਾਂ ਦਾ ਇੰਨਾ ਲੈਵਲ ਥੱਲੇ ਨਹੀਂ ਸੀ ਆਇਆ ਹੋਇਆ। ਅਤੇ ਹੁਣ ਕੀ ਹੈ ਕਿ ਸਵੇਰੇ ਕੁਛ ਕਹਿੰਦੇ ਨੇ, ਦੁਪਹਿਰੇ ਕੁਛ ਕਹਿੰਦੇ ਨੇ, ਸ਼ਾਮੀ ਕੁਛ ਕਹਿੰਦੇ ਨੇ। ਸੋ ਇਹਨੂੰ ਜੇ ਤੁਸੀਂ ਬਰੀਕੀ ਦੇ ਵਿੱਚ ਜੇ ਸਮਝਣਾ ਹੋਵੇ, ਗੱਲ ਇਹ ਹੈ ਕਿ ਇਹ ਸਾਡੀ ਸਿਵਲਾਈਜੇਸ਼ਨ ਦੀ ਇੱਕ ਫੇਜ਼ ਐਸੀ ਆ ਗਈ ਹੈ ਜਿਹਦੇ 'ਚ ਇਨਸਾਨੀ ਕਿਰਦਾਰ ਗਿਰ ਗਿਆ, ਪਰ ਜਿਹਦੇ ਉੱਪਰ ਕਬਜ਼ਾ ਗਿਰੇ ਹੋਏ ਕਿਰਦਾਰਾਂ ਦਾ ਜ਼ਿਆਦਾ। ਅਸੀਂ ਕੁਦਰਤ ਨਾਲ ਵੀ ਲੜ ਰਹੇ ਹਾਂ, ਅਸੀਂ ਮਨੁੱਖਤਾ ਨਾਲ ਵੀ ਲੜ ਰਹੇ ਹਾਂ। ਮਤਲਬ ਦਿਖ ਨਹੀਂ ਰਿਹਾ, ਜਿਵੇਂ ਅੰਨੇ ਹੋਏ ਹੁੰਦੇ ਨਾ, ਨਸ਼ੇ 'ਚ ਬੰਦਾ ਅੰਨਾ ਹੋ ਜਾਂਦਾ, ਪਾਵਰ ਦਾ ਨਸ਼ਾ ਹੋਵੇ ਚਾਹੇ ਕੋਈ ਹੋਵੇ। ਸੋ ਉਹ ਹੁੰਦੇ ਉਦੋਂ ਹੀ ਨੇ ਜਦੋਂ ਸਿਸਟਮ ਨੇ ਢਹਿਣਾ ਹੋਵੇ। ਹੁਣ ਸਾਡੇ ਸਾਹਮਣੇ ਗਿਰ ਰਹੀਆਂ ਨੇ ਚੀਜ਼ਾਂ, ਦਿਖ ਰਹੀਆਂ ਨੇ। ਮਤਲਬ ਅੱਜ ਦੀ ਤੁਸੀਂ ਕਲਪਨਾ ਜਿੱਥੋਂ ਤੁਸੀਂ ਸ਼ੁਰੂ ਕੀਤਾ ਹੈ, ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਬੇਗਵਸ ਨੇ ਕਿ ਬੈਂਕ ਰਾਹੀਂ ਮਤਲਬ ਰਿਸ਼ਵਤ ਲਈ ਜਾ ਰਹੀ ਹੈ, ਔਰ ਉਹ ਮਤਲਬ ਸੱਤਾਧਾਰੀ ਪਾਰਟੀ ਦੇ ਐਮ ਐਲ ਏ ਨੂੰ ਪੁੱਛਦੇ ਨੇ, ਜਿਹੜਾ ਐਮ ਐਲ ਏ ਕਹਿ ਰਿਹਾ ਕਿ 2006 ਤੋਂ ਮੈਂ ਤਾਂ ਦੇਖ ਰਿਹਾ ਵੀ ਮਾਫੀਆ ਦਾ ਹੀ ਰਾਜ ਹੈ। ਦੋ ਮੰਤਰੀ ਖੜੇ ਹੋ ਕੇ ਕਹਿ ਰਹੇ ਨੇ ਛੱਡੋ ਜੀ ਛੱਡੋ, ਇਹ ਆਪਾਂ ਮਤਲਬ ਇੱਦਾਂ ਨਾ ਕਰੋ, ਇਹਨੂੰ ਹੋਰ ਤਰ੍ਹਾਂ ਡਿਸਕਸ ਕਰ ਲਓ। ਮਤਲਬ ਨਜ਼ਰ ਆ ਰਿਹਾ ਕਿ ਇਹ ਸਾਰੇ ਸੀਨ ਨੂੰ ਜੇ ਤੁਸੀਂ ਮਾੜਾ ਜਿਹਾ ਦੇਖ ਲਓ, ਇੱਥੋਂ ਹੀ ਸਮਝ ਆ ਜਾਂਦੀ ਹੈ ਵੀ ਲੈਵਲ ਕਿੱਥੇ ਪਹੁੰਚ ਗਿਆ। ਮਤਲਬ ਕਦੇ ਸੋਚ ਸਕਦੇ ਸੀ ਇਹ ਕੈਰੋਂ ਦੇ ਟਾਈਮ, ਕਦੇ ਸੋਚ ਸਕਦੇ ਸੀ ਪਹਿਲੀ ਇਹ ਮਤਲਬ ਜਦੋਂ ਲਾਗੂ ਹੋਈ ਹੈ ਡੈਮੋਕ੍ਰੇਸੀ, ਹਾਲਾਂਕਿ ਉਦੋਂ ਵੀ ਆਪਣੇ ਤਾਂ ਇੰਡੀਆ ਦੇ ਵਿੱਚ ਤਾਂ ਪ੍ਰੋਪਰ ਕਦੇ ਵੀ ਨਹੀਂ ਹੋਈ, ਪਰ ਫਿਰ ਵੀ ਕੋਈ ਲੈਵਲ ਤਾਂ ਸੀਗਾ ਬੰਦੇ। ਸੋ ਇਹ ਚੀਜ਼ ਹੈ ਕਿ ਮਤਲਬ ਇਹ ਹੈ ਕਿ ਹੁਣ ਮੇਰਾ ਖਿਆਲ ਹੈ ਇੰਤਖਾ ਆਈ ਹੋਈ ਹੈ ਇੱਕ ਕਿਸਮ ਦੇ ਨਾਲ। ਸੋ ਮਾਨ ਸਾਹਿਬ ਨੇ ਜਿਹੜੇ ਉਹਨਾਂ ਦੀ ਰੱਬ ਨੇ ਡਿਊਟੀ ਲਾਈ ਹੋਈ ਹੈ, ਉਹ ਸਾਰਿਆਂ ਨੂੰ ਨੰਗੇ ਵੀ ਕਰ ਰਹੇ ਨੇ, ਖੁਦ ਵੀ ਆਪਣੇ ਕੱਪੜੇ ਲਾਈ ਜਾ ਰਹੇ ਨੇ। ਅਤੇ ਉਹਨਾਂ ਨੇ ਸਾਡੇ ਜੋ ਮਤਲਬ ਰੰਗਲੇ ਪੰਜਾਬ ਦਾ ਜੋ ਬਣਾਉਣਾ ਸੀ ਉਹ ਬਣਾਤਾ ਹੈ। ਹਰ ਰੋਜ਼ ਪੁਲਿਸ ਭਰਤੀਆਂ ਹੁੰਦੀਆਂ ਨੇ, ਹਰ ਰੋਜ਼ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਨੇ ਬਹੁਤ ਸਾਰੇ, ਪਰ ਹਰ ਰੋਜ਼ ਹੀ ਕਰਜ਼ਾ ਲੈ ਲਿਆ ਜਾਂਦਾ। ਸੱਚਮੁੱਚ ਰੰਗਲਾ, ਮਤਲਬ ਰੰਗਲਾ ਬਣਾਉਣ ਦੇ ਲਈ ਦੇਖੋ ਨਾ, ਮਤਲਬ
ਹਰ ਚੀਜ਼ ਹੈ ਜਿਹੜੀ ਜਿਹਦੀ ਮਤਲਬ ਫਲਾਈ ਜਾਂਦੀ ਹੈ, ਪੂਰਾ ਡੰਕਾ ਵਜਾਇਆ ਜਾਂਦਾ ਵੀ ਕਮਾਲ ਕਰਤੀ ਜੀ, ਕਮਾਲ ਕਾਹਦੀ ਹੈ, ਕਿਉਂ ਮਤਲਬ ਕਰਜ਼ਾ ਦੁੱਗਣਾ ਚੜ ਰਿਹਾ, ਇਹ ਪੁਜ਼ੀਸ਼ਨ ਹੈ। ਸੋ ਇਸ ਕਰਕੇ ਧਰਮ ਸਰਮ ਸਭ ਕੀ ਹੈ ਨਾ, ਸਰਮ ਧਰਮ ਸਭ ਛੱਪ ਖੜੋਏ, ਕੂੜ ਫਿਰੇ ਪ੍ਰਧਾਨ ਵੇਲਾ ਲੋ, ਇਹ ਬਿਲਕੁਲ ਓਪੋਜੀਸ਼ਨ। ਡਾਕਟਰ ਸਾਹਿਬ ਮੇਰਾ ਆਖਰੀ ਸਵਾਲ ਹੈ ਕਿ ਵਾਰ ਵਾਰ ਉਹੀ ਲੋਕਾਂ ਦੇ ਮਨਾਂ 'ਚ ਉੱਠਦਾ, ਆਖਿਰਕਾਰ ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੈ, ਉਹਨਾਂ ਦਾ ਭਗਵੰਤ ਮਾਨ ਨੂੰ ਕੁਰਸੀ ਤੋਂ ਲਾਉਣ ਦੇ ਲਈ ਜਾਂ ਭਗਵੰਤ ਮਾਨ ਦੇ ਖਿਲਾਫ ਇਹ ਚੀਜ਼ਾਂ ਖੜੀਆਂ ਕਰਨ ਦੇ ਲਈ, ਜਿਵੇਂ ਕਾਂਗਰਸ ਵਿੱਚ ਸੀ ਨਾ ਕਿ ਨਵਜੋਤ ਸਿੱਧੂ ਨੂੰ ਵੱਡਾ ਕੀਤਾ ਗਿਆ, ਕੈਪਟਨ ਨੂੰ ਲਾ ਦਿੱਤਾ ਗਿਆ, ਮੁੜ ਕੇ ਸਿੱਧੂ ਨੂੰ ਵੀ ਸਾਈਡ ਤੇ ਕਰ ਦਿੱਤਾ ਗਿਆ ਜਾਂ ਉਸ ਸਾਈਡ ਤੇ ਹੋ ਗਏ, ਇਹਨਾਂ ਦੇ ਵਿੱਚ ਇਹੋ ਜਿਹਾ ਕੀ ਹੈ ਕਿ ਉਹ ਭਗਵੰਤ ਮਾਨ ਨੂੰ ਲਾਉਣ ਦੀ ਮਤਲਬ ਕਿ ਇਹੋ ਜਿਹੀਆਂ ਗੁੰਦਾਂ ਗੁੰਦੀਆਂ ਜਾਂਦੀਆਂ ਨੇ, ਕੋਈ ਤੇ ਕਾਰਨ ਹੋਏਗਾ ਕਿ ਭਗਵੰਤ ਮਾਨ, ਵੈਸੇ ਪੰਜਾਬ ਦੇ ਵਿੱਚ ਤਾਂ ਲੋਕਾਂ ਨੇ ਬਦਲਾਅ ਨੂੰ ਵੇਖ ਲਿਆ ਕਿ ਕਿਵੇਂ ਦਾ ਆ, ਲੋਕ ਵੀ ਕਹਿੰਦੇ ਹੋਣੇ ਕਿ ਭਾਈ ਇਹਨਾਂ ਨੂੰ ਮਗਰੋਂ ਲਾ ਦੇਣਾ ਚਾਹੀਦਾ ਸਮੁੱਚੀ ਸਰਕਾਰ ਨੂੰ, ਪਰ ਇਹਨਾਂ ਦੇ ਅੰਦਰ ਇਹੋ ਜਿਹਾ ਕੀ ਹੈ ਕਿ ਡਰ ਕੀ ਹੈ ਭਗਵੰਤ ਮਾਨ, ਕੀ ਕੋਈ ਕੱਦ ਵੱਡਾ ਹੋ ਰਿਹਾ ਕੇਜਰੀਵਾਲ ਸਾਹਿਬ ਦੇ ਜਾਣ ਤੋਂ ਬਾਅਦ? ਨਹੀਂ, ਐਸੀ ਕੋਈ ਗੱਲ ਨਹੀਂ ਹੈ। ਦੇਖੋ ਜਿਹੜਾ ਤੁਸੀਂ ਰੈਫਰੈਂਸ ਦਿੱਤਾ ਕੈਪਟਨ ਸਾਹਿਬ ਤੇ ਸਿੱਧੂ ਸਾਹਿਬ ਦਾ, ਉਹਦੀ ਜਿਹੜਾ ਅਸਲੀ ਸੂਤਰਧਾਰ ਸੀਗਾ ਉਹ ਸੀ ਪ੍ਰਸ਼ਾਂਤ ਕਿਸ਼ੋਰ, ਉਹ ਕਿੱਥੇ ਹੈ? ਇਹ ਜਿਹੜੀ ਸਾਡੀ ਡੀਪ ਸਟੇਟ ਹੈ, ਇੰਡੀਅਨ ਡੀਪ ਸਟੇਟ ਹੈ ਜਿਹੜੀ, ਇਹ ਬਹੁਤ ਹੀ ਡਿਸਫੰਕਸ਼ਨਲ ਕਿਸਮ ਦੀ ਸਟੇਟ ਹੈ ਅਸਲ ਦੇ ਵਿੱਚ। ਜੇ ਤੁਸੀਂ ਜੇ ਕਿਤਾਬਾਂ ਪੜ੍ਹੋ ਨਾ ਇਹਨਾਂ ਦੀਆਂ, ਐਮ ਕੇ ਧਰ ਵਗੈਰਾ ਦੀਆਂ, ਹੋਰ ਜਿਹੜੇ ਇਹਨਾਂ ਏਜੰਸੀਆਂ ਦੇ ਬੰਦੇ ਨੇ ਉਹਨੇ ਬਾਅਦ 'ਚ ਯਾਦਾਂ ਲਿਖੀਆਂ, ਉੱਥੋਂ ਸਮਝ ਆ ਜਾਂਦੀ ਹੈ ਕਿ ਪੋਲੀਟੀਸ਼ੀਅਨਸ ਨੂੰ ਕਿਸ ਤਰੀਕੇ ਦੇ ਨਾਲ ਇਹ ਮਿਸਲੀਡ ਕਰਦੇ ਨੇ, ਕਿਸ ਤਰ੍ਹਾਂ ਏਜੰਡਾ ਤੈਅ ਹੁੰਦਾ, ਕਿਸ ਤਰ੍ਹਾਂ ਗਵਰਨ ਕਰਦੇ। ਦੂਜੀ ਚੀਜ਼ ਇਹ ਕਿ ਜਿਹੜੇ ਛੋਟੇ ਬੰਦੇ ਹੁੰਦੇ ਨੇ ਉਹਦੀ ਈਗੋ ਹਮੇਸ਼ਾ ਵੱਡੀ ਹੁੰਦੀ ਹੈ। ਮਾਨ ਸਾਹਿਬ ਦਾ ਜਾਂ ਕੇਜਰੀਵਾਲ ਦੀ ਈਗੋ ਬਹੁਤ ਵੱਡੀ ਹੈ, ਅਦਰਵਾਈਜ਼ ਤਾਂ ਜੇ ਰਲ ਕੇ ਕੰਮ ਕਰਨਾ ਹੋਵੇ, ਲੋਕ ਭਲਾਈ ਕਰਨੀ ਹੋਵੇ, ਤਾਂ ਕੋਈ ਮਸਲਾ ਹੀ ਨਹੀਂ ਹੁੰਦਾ ਐਡਾ ਵੱਡਾ। ਉਹ ਈਗੋ ਦੇ ਵਿੱਚ ਇਹ ਹੈ ਕਿ ਉਹ ਬੇਸਿਕਲੀ ਪੰਜਾਬ ਨੂੰ ਕਲੋਨੀ ਸਮਝਦੇ ਨੇ ਆਪਣੀ, ਮਤਲਬ ਵੀ ਸਾਡਾ ਹੱਕ ਹੈ, ਸਾਡਾ ਰਾਜ ਹੈ, ਸਾਨੂੰ ਪੈਸੇ ਸਾਰਾ ਕੁਛ ਦਿਓ, ਇਹ ਉਹਨਾਂ ਦਾ ਕਰਿੰਦਾ ਹੈ ਬੇਸਿਕਲੀ, ਦੁਕਾਨਦਾਰ ਦਾ ਮਾਡਲ ਹੈ। ਹੁਣ ਉਹ ਕਰਿੰਦਾ ਇੰਨਾ ਇਫੈਕਟਿਵ ਹੈ ਆਪਣੇ ਆਪ ਦੇ ਵਿੱਚ, ਲੋਕ ਉਹਦੀ ਸੁਣਦੇ ਨੇ, ਸਟੇਜ ਉਹਨੂੰ ਮੈਨੇਜ ਕਰਨੀ ਆਉਂਦੀ ਹੈ, ਪਰ ਆਪੇ ਗੰਢੇ ਦੇ ਨਾਲ ਅਸਲ 'ਚ ਸਾਰੇ ਮਿਸਰੂਲ ਹੈ ਜਿਹੜਾ ਉਹ ਟਕਿਆ ਜਾਂਦਾ ਹੈ। ਦੂਜੀ ਚੀਜ਼ ਇਹ ਹੈ ਕਿ ਉਹਦੇ ਕੋਲ ਇੱਕ ਹੋਰ ਆਪਸ਼ਨ ਵੀ ਹੈਗੀ ਹੈ, ਨਾਲ ਨਾਲ ਇੱਕ ਕਿਸ਼ਤੀ ਹੈ ਜਿਹੜੀ ਕਮਲ ਵਾਲੀ ਵੀ ਚੱਲ ਰਹੀ ਹੈ, ਉਹ ਕਦੇ ਵੀ ਛੜਪਾ ਮਾਰ ਕੇ ਉੱਧਰ ਵੀ ਜਾ ਸਕਦਾ ਹੈ। ਇਹ ਵੀ ਇੱਕ ਡਰ ਹੈਗਾ, ਇੰਨੀ ਕੁ ਉਹਦੇ ਕੋਲ ਹੋ ਸਕਦਾ ਨਫ਼ਰੀ ਹੋਵੇ, ਕਿਉਂਕਿ ਲੋਕਾਂ ਨੇ ਕਿਰਪਾ ਬਹੁਤ ਕਰੀ 92 MLA ਦੇ ਉੱਤੇ, 92 MLA ਆਪਣੇ ਆਪ ਦੇ ਵਿੱਚ ਇੱਕ ਬਹੁਤ ਨੁਕਸਾਨਦੇਹ ਕੰਮ ਵੀ ਹੈ। ਉਹਨਾਂ 'ਚੋਂ ਕੋਈ ਵੀ ਮੈਜੋਰਟੀ ਲੈ ਕੇ ਕਿਸੇ ਮਜੋਰਟੀ ਲੈਣ ਜੋਗਾ ਖੜਾ ਕਰ ਲਿਆ ਉਹਨਾਂ ਨੇ, ਤਾਂ ਉਹ ਇਹਨੂੰ ਡਾਲੂਗਾ, ਨਹੀਂ ਤਾਂ ਇਹ ਮੈਜੋਰਟੀ ਕਹਿਣਗੇ ਬਾਕੀ ਆਪਣੇ ਲੈ ਜਾਓ ਜਿਹੜੇ ਮਰਜ਼ੀ, ਸਾਡੀ ਤਾਂ ਕਮਲ ਵਾਲਿਆਂ ਨਾਲ ਵੀ ਠੀਕ ਹੈ, ਝਾੜੂ ਅਤੇ ਕਮਲ ਦਾ ਆਪਸ 'ਚ ਰੌਲਾ ਵੀ ਕੋਈ ਖਾਸ ਨਹੀਂ ਹੈ, ਦੋਨੇ ਚਿੱਕੜ 'ਤੇ ਹੀ ਪਲਦੇ ਨੇ, ਇੱਕ ਕੂੜਾ ਸਾਫ਼ ਕਰਦਾ, ਦੂਜਾ ਚਿੱਕੜ ਦੇ 'ਚ ਪਲਦਾ, ਸੋ ਕਿਹੜੀ ਸਮੱਸਿਆ ਨਹੀਂ ਆਉਣੀ ਕੋਈ। ਐਕਚੁਅਲੀ ਇਹ ਚੱਲ ਰਹੀ ਹੈ ਗੇਮ ਜਿਹੜੀ, ਇੱਕ ਦੂਜੇ ਦੀ ਛੋਟਾ ਦਿਖਾਉਣ ਦੀ ਈਗੋ ਹੈ, ਇੱਕ ਦੂਜੇ ਨੂੰ ਛੋਟਾ ਦਿਖਾਉਣ ਦੇ ਚੱਕਰ 'ਚ ਪੈ ਜਾਂਦੇ ਨੇ। ਭਗਵੰਤ ਮਾਨ ਨੇ ਜਾ ਕੇ ਬੇਸ਼ੱਕ ਪੈਰੀਂ ਹੱਥ ਲਾਤੇ ਸੀ ਕੇਜਰੀਵਾਲ, ਪਰ ਮੈਨੂੰ ਇੱਕ ਬਹੁਤ ਸਿਆਣੇ ਬੰਦੇ ਨੇ ਮੈਨੂੰ ਇੱਕ ਗੱਲ ਦੱਸੀ ਸੀਗੀ ਕਿ ਜਿਹੜਾ ਬੰਦਾ ਪੈਰੀਂ ਹੱਥ ਲਾਵੇ ਉੱਥੋਂ ਅਲਰਟ ਰਿਹਾ ਕਰੋ। ਮੈਂ ਕਿਹਾ ਕੀ ਗੱਲ? ਕਹਿੰਦਾ ਉਹ ਪੱਗ ਨੂੰ ਹੱਥ ਪਾਉਣ ਲੱਗਿਆ ਵੀ ਮਿੰਟ ਲਾਉਂਦਾ ਹੁੰਦਾ। ਸੋ ਇਸ ਕਰਕੇ ਇਹ ਸਮਝਣ ਵਾਲੀ ਗੱਲ ਹੈ ਕਿ ਸਿਆਸਤ ਦੇ ਵਿੱਚ ਇਹ ਉਹਨੂੰ ਲਾਈਕ ਨਹੀਂ ਕਰਦੇ, ਉਹ ਪੰਜਾਬੀਆਂ ਦਾ ਇੱਕ ਕਿਸਮ ਦਾ ਇਹਨਾਂ ਦਾ ਨੁਮਾਇੰਦਾ ਬਣ ਗਿਆ, ਪਰ ਉਹ ਅੱਛਾ ਰੂਲਰ ਨਹੀਂ ਹੈ, ਪ੍ਰਸ਼ਾਸਨ ਨੂੰ ਨਹੀਂ ਕਰਨਾ ਆਉਂਦਾ, ਉਹਨੂੰ ਐਂਟਰਟੇਨਮੈਂਟ ਕਰਨੀ ਆਉਂਦੀ ਹੈ, ਉਹਨੂੰ ਸਟੇਜ ਸਾਹਮਣੇ ਆਉਂਦੀ ਹੈ, ਛੋਟੀ ਮੋਟੀ ਤਿਕੜਮ ਆਉਂਦੀ ਹੈ, ਪਰ ਸਿਆਸਤ ਅਤੇ ਪ੍ਰਸ਼ਾਸਨ ਉਹਦਾ ਵਸਦਾ ਰੋਗ ਨਹੀਂ ਹੈ। ਉਹ ਪਹਿਲਾਂ ਦੇਖੋ ਆਪਾਂ ਰਾਘਵ ਚੱਡੇ ਦਾ ਦੇਖਿਆ, ਹੁਣ ਪਾਠਕ ਦਾ ਦੇਖਿਆ, ਦੇ ਉਹ ਇਹਨੂੰ ਡਿਸਲਾਈਕ ਕਰਦੇ ਨੇ, ਉਹਨਾਂ ਨੂੰ ਕਰਦਾ ਇਹ ਉੱਪਰੋਂ ਉੱਪਰੋਂ ਜੁੱਫੀਆਂ ਜੁੱਫੀਆਂ ਸਤਿ ਸ਼੍ਰੀ ਅਕਾਲ ਦਿਖਾਵਾ ਆਪਣੇ ਲਈ ਹੋਈ ਹੈ, ਪਰ ਜਿਹਦੇ ਕੋਲ ਵੀ ਇੱਕ ਠੀਕ ਨਫ਼ਰੀ ਹੋ ਗਈ
ਤੇ ਉਹਨੂੰ ਸੈਂਟਰ ਦਾ ਸਾਇਆ ਮਿਲ ਗਿਆ, ਇਸ਼ਾਰਾ ਮਿਲ ਗਿਆ ਤਾਂ ਕੋਈ ਗੱਲ ਨਹੀਂ, ਉੱਧਰ ਚਲੇ ਜਾਣਗੇ, ਕੋਈ ਏਡੀ ਗੱਲ ਨਹੀਂ ਹੈ। ਜਿਹੜੀਆਂ ਗਵਰਨਰ ਪੰਜਾਬ ਦੇ ਨਾਲ ਉਹਨਾਂ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਮੱਥਾ ਟੇਕਣਾ, ਇੱਕੋ ਜਹਾਜ਼ 'ਚ ਜਾਣਾ, ਇੱਕੋ ਥਾਂ 'ਤੇ ਪ੍ਰੈਸ ਕਾਨਫਰੰਸ, ਇਹਦੇ ਕੀ ਅਰਥ ਫਿਰ ਸਮਝੀ ਜਾਣ? ਦੁਰਗਿਆਣਾ ਮੰਦਿਰ ਵੀ ਗਏ, ਕੀ ਬਾਕੀ ਕੇਂਦਰ ਨਾਲ ਕੋਈ ਨਜ਼ਦੀਕੀਆਂ ਵੱਧ ਰਹੀਆਂ ਨੇ ਕੋਈ ਇਹੋ ਜਿਹੀਆਂ, ਜਾਂ ਉਹਦਾ ਡਰ ਤਾਂ ਹੀ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਜਾਂ ਉੱਧਰ ਉਹ ਜੁੰਡਲੀ ਨੂੰ ਸਤਾ ਰਿਹਾ ਹੋਣਾ, ਕਿ ਕਿਹੜੇ ਪਾਸੇ ਤੁਰ ਪਏ? ਨਹੀਂ, ਪਹਿਲੇ ਦਿਨ ਤੋਂ ਹੀ ਆ, ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਮੋਦੀ ਸਾਹਿਬ ਇੱਥੇ ਚੰਡੀਗੜ੍ਹ ਇੱਕ ਹਸਪਤਾਲ ਦਾ ਨੀਂਹ ਪੱਥਰ ਰੱਖਣ ਆਏ ਸੀ, ਇਹਦੇ CM ਜਾਣਾ ਵੀ ਪੈਣਾ ਸੀ, ਭਗਵੰਤ ਮਾਨ ਉੱਥੇ ਗਏ ਸੀ, ਉਸੇ ਦਿਨ ਆਮ ਆਦਮੀ ਪਾਰਟੀ ਉੱਥੇ ਉਹਨਾਂ ਦੇ ਖਿਲਾਫ਼ ਪ੍ਰੋਟੈਸਟ ਕਰ ਰਹੀ ਸੀ ਦਿੱਲੀ ਦੇ ਵਿੱਚ। ਸੋ ਉਹ ਪਹਿਲੇ ਗਵਰਨਰ ਨੂੰ ਗਾਲਾਂ ਕੱਢਣੀਆਂ, ਉਹ ਉੱਥੋਂ ਦਿਖ ਰਿਹਾ ਆਪਾਂ ਨੂੰ, ਉਹਦੇ 'ਚ ਵੀ ਕੋਈ ਘਾਟ ਨਹੀਂ ਸੀ, ਉਹ ਵੀ ਉਹਨਾਂ ਦਾ ਹੀ ਬੰਦਾ ਸੀ, ਉਹ ਵੀ ਸਿਲੈਕਟਿਡ ਸੀ, ਇਹ ਵੀ ਇਲੈਕਟਿਡ ਨਹੀਂ ਹੈ, ਇਹ ਵੀ ਸਿਲੈਕਟਿਡ, ਸਮਝੋ ਨਾ ਗੱਲ ਨੂੰ ਤੁਸੀਂ। ਸੋ ਉਹਦੇ ਨਾਲ ਉਹਦਾ ਜਾਣਾ ਇਸ਼ਾਰਾ ਤਾਂ ਕੋਈ ਮੇਰਾ ਖਿਆਲ ਹੈ ਕਿਸੇ ਤੋਂ ਛੁਪਿਆ ਨਹੀਂ ਹੋਇਆ, ਮਤਲਬ ਉਹ ਕਹਿੰਦੇ ਨੇ ਵੀ ਭਾਈ ਸਾਡੇ ਕੋਲ ਆਪਸ਼ਨ ਹੋਰ ਵੀ ਬਹੁਤ ਨੇ, ਤੁਸੀਂ ਇੰਨਾ ਹੀ ਕਹਿ ਦਿੰਦੇ ਹੋ, ਪਸੀਨਾ ਬਹੁਤ ਹੁੰਦਾ ਆਪਣੇ ਆਪ ਦੇ ਵਿੱਚ। ਸੋ ਮੇਰਾ ਖਿਆਲ ਇਹ ਹੈ ਕਿ ਅੰਦਰ ਕਲਾ ਚੱਲ ਰਹੀ ਹੈ ਕਾਫ਼ੀ ਜ਼ਿਆਦਾ, ਪਰ ਇਹ ਸਿਆਸਤ ਦਾ ਹਿੱਸਾ ਹੈ ਕਿ ਜਦੋਂ ਤੁਸੀਂ ਕੰਸਨਟ੍ਰੇਸ਼ਨ ਆਫ ਪਾਵਰ ਕੁਛ ਹੱਥਾਂ 'ਚ ਕਰ ਦਿਓ, BJP 'ਚ ਵੀ ਹੈ, ਦੋ ਬੰਦਿਆਂ ਦੇ ਹੱਥ 'ਚ ਸਾਰੀ ਪਾਵਰ ਹੈ, ਜਦੋਂ ਤੁਸੀਂ ਕੇਂਦਰੀਕਰਨ ਕਰਤਾ ਤਾਂ ਉਹਦੇ ਕਿਤੋਂ ਨਾ ਕਿਤੋਂ ਹੋਰ ਧੂੰਆਂ ਉੱਠਣਾ ਸ਼ੁਰੂ ਹੋ ਜਾਂਦਾ, ਕਿਤੇ ਨਾ ਕਿਤੇ ਹੋਰ ਸੈਂਟਰ ਨੇ ਜਿਹੜੇ ਗੁੜਬੜਾਹਟ ਸ਼ੁਰੂ ਹੋ ਜਾਂਦੀ ਆ, ਤੁਸੀਂ ਆਪਣਾ ਹੀ ਸਾਹ ਘੁੱਟ ਕੇ ਦੇਖ ਲਓ, ਸਾਰਾ ਸਰੀਰ ਹੈ ਜਿਹੜਾ ਤੜਫਣ ਲੱਗ ਜਾਂਦਾ। ਸੋ ਇਹ ਉੱਦਾਂ ਦੀ ਹੋਈ ਗੱਲ ਹੈ ਕਿ ਮਤਲਬ ਜਦੋਂ ਹੀ ਜਦੋਂ ਤੁਸੀਂ ਘੁੱਟੋਗੇ ਤਾਂ ਮਤਲਬ ਉਹਦੇ ਰਿਐਕਸ਼ਨਸ ਹੋਣਗੇ, ਯਾਰ ਹੋ ਰਹੇ ਨੇ। ਮੈਂ ਬੀਤੇ ਦਿਨ ਨਾ ਸਿੱਧੂ ਦਮਦਮੀ ਹੋਰਾਂ ਦਾ ਲੇਖ ਪੜ੍ਹ ਰਿਹਾ ਸੀ, ਮੈਂ ਅਖੀਰ 'ਚ ਜਾਂਦੇ ਆ, ਦਰਸ਼ਕਾਂ ਦੀ ਜਾਣਕਾਰੀ ਲਈ ਵੀ ਦੱਸ ਦਿੰਦਾ, ਉਹਨਾਂ ਨੇ ਵੀ ਸ਼ਾਇਦ ਪੜ੍ਹਿਆ ਹੋਵੇ ਕਿ ਜਦੋਂ ਮਰਹੂਮ ਬੇਅੰਤ ਸਿੰਘ ਹੋਣਾ ਦਾ ਕਤਲ ਹੋਇਆ ਸੀਗਾ, ਉਸ ਤੋਂ ਪਹਿਲਾਂ ਉਹ ਮਿਲੇ ਸੀ ਉਹਨਾਂ ਨੂੰ ਜਾ ਕੇ, ਤੇ ਉਹ ਪੁੱਛਦੇ ਸੀ ਹੋਰ ਫਿਰ ਹੋਰ ਫਿਰ, ਤਾਂ ਉਹਦਾ ਮਤਲਬ ਇਹ ਸੀਗਾ ਕਿ ਜਿਹੜੀ ਉਹਨਾਂ ਦੇ ਇਰਦ ਗਿਰਦ ਉਹਨਾਂ ਦੀ ਕੈਬਨਿਟ ਦੇ ਵਿੱਚ ਜਾਂ ਉਹਨਾਂ ਦੀ ਸਰਕਾਰ 'ਚ ਉਹਨਾਂ ਦੇ ਨਜ਼ਦੀਕੀ ਜਿਹੜੀਆਂ ਮਤਲਬ ਕਿ ਸਾਜ਼ਿਸ਼ਾਂ ਉਹਨਾਂ ਨੂੰ ਹਟਾਉਣ ਦੀਆਂ ਮਰਹੂਮ ਬੇਅੰਤ ਸਿੰਘ ਨੂੰ ਬਣਾ ਰਹੇ ਨੇ, ਉਹਦੇ ਬਾਰੇ ਦੱਸੋ। ਮਤਲਬ ਕਹਿੰਦੇ ਪੱਤਰਕਾਰਾਂ ਨੂੰ ਉਹਨਾਂ ਦੀ ਬਹੁਤ ਨਜ਼ਦੀਕੀ ਹੁੰਦੀ ਸੀ ਕਿ ਆਓ ਖੁੱਲੇ ਮਿਲੋ ਬੈਠੋ ਚਾਹ ਪੀਓ ਤੇ ਨਾਲੇ ਮੈਨੂੰ ਸੂਹਾਂ ਦਿਓ ਕਿ ਅੰਦਰ ਕੀ ਚੱਲਦਾ ਮੇਰੀ ਪਾਰਟੀ 'ਚ, ਮੈਨੂੰ ਕੌਣ ਲਾਉਣਾ ਚਾਹੁੰਦਾ ਹੈ ਜਾਂ ਕਿਹੜੀ ਧਿਰ ਜਿਹੜੀ ਆ ਉਹ ਭਾਰੂ ਹੁੰਦੀ ਹੈ ਸਰਕਾਰਾਂ 'ਚ, ਇਹ ਚੱਲਦਾ ਰਹਿੰਦਾ, ਇਹਨਾਂ 'ਚ ਵੀ ਏਦਾਂ ਦਾ ਕੁਛ ਚੱਲਦਾ ਹੋਣਾ, ਤੇ ਇਸੇ ਕਰਕੇ ਜਿਹੜੀ ਧੂੰਆਂ ਜਿਹੜਾ ਨਿਕਲਦਾ ਉਹ ਹੌਲੀ ਹੌਲੀ ਸਾਹਮਣੇ ਆ ਹੀ ਜਾਂਦਾ ਕਿ ਆਖਿਰਕਾਰ ਅੱਗ ਕਿੱਥੇ ਬਲਦੀ ਹੈ ਹੌਲੀ ਹੌਲੀ। ਵਿਚਾਰ ਕਮੈਂਟ ਜ਼ਰੂਰ ਕਰਿਓ। ਡਾਕਟਰ ਸਾਹਿਬ ਸਵਾਗਤ ਹੈ। ਸ਼ੁਕਰੀਆ ਜੀ, ਸ਼ੁਕਰੀਆ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭਨਾਂ ਨੂੰ, ਸਤਿ ਸ਼੍ਰੀ ਅਕਾਲ।